ਪੰਜਾਬ 'ਚ ਪੰਚਾਇਤੀ ਚੋਣਾਂ ਹੋਣੀਆਂ ਅਤੇ ਪੰਚਾਇਤੀ ਚੋਣਾਂ ਦੇ ਵਿਚਾਲੇ ਪੋਲੀਟਿਕਸ ਦੀ ਕਿਹੜੀ ਪਿਕਚਰ ਹੈ ਪਿੰਡਾਂ 'ਤੇ ਪੇਸ਼ ਹੋਊਗੀ? ਇਹ ਸਾਡੇ ਅੱਗੇ ਬਹੁਤ ਸਾਰੇ ਸਵਾਲ ਹੈਗੇ ਹੈ। ਨਾਮਜ਼ਦਗੀਆਂ ਦਾ ਦੌਰ ਆ ਜਿਹੜਾ ਉਹ ਖਤਮ ਹੋ ਚੁੱਕਿਆ, ਹੁਣ ਕਿਹੜਾ ਸ਼ੌਰ ਹੈ, ਇਹ ਸਵਾਲ ਹੈ ਸਾਡੇ ਅੱਗੇ ਪਿਆ। ਮੈਂ ਕੇ ਪੀ ਸਿੰਘ ਟੂ ਦਾ ਪੁਆਇੰਟ ਤੁਹਾਡਾ ਸਭ ਦਾ ਸਵਾਗਤ ਕਰਦਾ। ਇਹ ਮਿੰਨੀ ਪਾਰਲੀਮੈਂਟ ਇਹਨੂੰ ਕਿਹਾ ਜਾਂਦਾ ਜਦੋਂ ਪਿੰਡਾਂ ਦੀਆਂ ਪੰਚਾਇਤਾਂ ਚੁਣੀਆਂ ਜਾਂਦੀਆਂ, ਪੰਜ ਸਰਪੰਚ ਚੁਣੇ ਜਾਂਦੇ ਆ, ਇਸ ਦੇ ਵਿਚਾਲੇ ਜ਼ੋਰ ਕਿੰਨਾ ਕੁ ਲੱਗਦਾ, ਸ਼ੋਰ ਕਿੰਨਾ ਕੁ ਹੁੰਦਾ, ਅਸੀਂ ਉਸੇ ਬਾਬਤ ਚਰਚਾ ਕਰਨੀ ਹੈ। ਭਰੇ ਗਏ ਪਰਚੇ ਹੁਣ ਕਿਹੜੇ ਚਰਚ? ਪੰਜ ਕੈਮਰਿਆਂ ਨੇ ਜਿਹੜੀ ਪਿਕਚਰ ਕੈਦ ਕੀਤੀ ਹੈਗੀ, ਪਹਿਲਾਂ ਉਹ ਦੇਖ ਵੀ ਲਈਏ ਅਤੇ ਸੁਣ ਵੀ ਲਈਏ। ਨਸ਼ਹਿਰਾ ਪਨੂਆ ਦੇ ਰੋਡ ਹਾਈਵੇ ਦੇ ਖਲੋਤੇ ਆ, 100 ਮੀਟਰ ਦੇ ਉੱਤੇ ਨਸ਼ਹਿਰਾ ਬਲੋਕ ਆ। ਆਹੀ ਵੱਡਾ ਪਿੰਡ ਆ ਬਾਬੇ ਗੁਰਦੇਸੋਂ ਦਾ, ਲੋਕਤੰਤਰ ਜਿੰਨਾ ਬਹਾਲ ਕਰਾਇਆ ਕੁਰਬਾਨੀਆਂ ਕਰਕੇ, 100 ਮੀਟਰ ਅੱਗੇ ਸਾਨੂੰ ਕੋਈ ਪ੍ਰਸ਼ਾਸਨ ਲੈ ਕੇ ਨਹੀਂ ਜਾ ਰਿਹਾ। ਜਿਹੜੀ ਪਹਿਲੀ ਲੇਅਰ ਆ ਸਾਰੇ ਹਲਕੇ ਦੇ, ਜਿਹੜੇ 302 ਵਾਲੇ ਆ ਨਸ਼ਾ ਵੇਚਣ ਵਾਲੇ, ਸਾਰਿਆਂ ਨੂੰ ਬਰਛੇ ਦੇ ਦੇ ਕੇ ਖਿਲਾ ਰਿਹਾ। ਭਾਅ ਜੀ ਅਸੀਂ ਕਿਹੜੇ ਹਿਸਾਬ ਨਾਲ ਉਹ ਲੇਅਰ ਪਾਰ ਕਰੀਏ? ਪ੍ਰਸ਼ਾਸਨ ਕਿੱਥੇ ਆ? SSP DC ਕਿੱਥੇ ਆ? ਅਸੀਂ ਜੀ ਪਹਿਲਾਂ ਭਰਨਾ ਇਸ ਦੇ ਗੇਟ ਦੇ ਕੋਲੇ ਜਾ ਵੜੇ, ਇਹ ਪਿਛਲੇ ਪਾਸੇ ਫਾਇਰ ਹੋਏ 5-7 ਅਤੇ ਪਿਛਲੇ ਪਾਸੋਂ ਫੈਲਾਂ ਫੜ ਕੇ ਇੱਕਦਮ ਹੀ ਸਾਰਿਆਂ ਦੀਆਂ ਪੜਨ ਲੱਗ ਗਏ, ਤਾਂ ਨੂੰ ਡਾਉਣ ਲੱਗ ਗਏ, ਜਿਵੇਂ ਆਪਾਂ ਵਿਆਹ ਦੇ ਵਿੱਚ DJ ਦੇ ਨੋਟ ਸਿੱਟਦੇ ਹੁੰਦੇ ਹਾਂ, ਇਸ ਤਰ੍ਹਾਂ ਡਾਉਣ ਲੱਗ ਗਏ ਫੈਲਾਂ ਦਾ ਢੇਰ ਲੱਗਾ। ਵੇਖ ਲਓ ਤੁਸੀਂ ਜਿਹਦੇ ਪਿੰਡਾਂ ਦੇ ਵਿੱਚ ਸਾਡੀਆਂ ਸੰਪਤਕਾਂ ਹੋਈਆਂ ਸੀਗੀਆਂ, ਸਾਡੀਆਂ ਵੀ ਫੈਲਾਂ ਪਾੜਤੀਆਂ ਉਹਨਾਂ ਨੇ, ਮੇਰੇ ਕਵਰੰਗ ਦੀ ਪਾੜਤੀ ਫੈਲਾਂ, ਅਤੇ ਇੱਧਰ ਵੀ ਪਾੜਤੀ ਮੁੰਡੇ ਦੀ, ਇੱਕ ਸਾਡੇ ਪਿੰਡ ਦੀ ਹੋਰ ਪਾੜਤੀ ਪਾੜਤੀ, ਸਾਡਾ ਕਿਸੇ ਨਾਲ ਰੌਲਾ ਵੀ ਹੈ ਨੀਗਾ, ਸਹਿਮਤੀ ਹੋਈ ਆ ਸਾਡੇ ਪਿੰਡ ਦੇ ਵਿੱਚ, ਇਹ ਤਾਂ ਗੁੰਡਾਗਰਦੀ ਪਹਿਲੀ ਵਾਰ ਵੇਖੀ ਆ। ਬਹੁਤ ਹੀ ਬੁਰਾ ਹਾਲ ਆ, ਕੋਈ ਇੰਤਜ਼ਾਮ ਨਹੀਂ ਪ੍ਰਸ਼ਾਸਨ ਵੱਲੋਂ ਕੀਤਾ ਗਿਆ, ਸਰਕਾਰ ਦੀ ਬਹੁਤ ਵੱਡੀ ਨਲਾਇਕੀ ਆ। ਜਿੱਥੇ ਕਿ ਅੱਜ ਵਰਕਿੰਗ ਡੇ ਜਿਹੜਾ ਕਾਗਜ਼ ਲੈਣ ਦਾ ਦਿਨ ਆ, ਉਹ ਅੱਜ ਦਾ ਹੀ 4 ਤਰੀਕ ਦਾ ਰੱਖਿਆ ਗਿਆ, 2 ਤਰੀਕ ਦੀ ਵੀ ਛੁੱਟੀ ਆ ਗਈ, 3 ਤਰੀਕ ਦੀ ਵੀ ਛੁੱਟੀ ਆ ਗਈ, 28 ਤਰੀਕ ਨੂੰ ਸੈਟਰਡੇ ਆ ਗਿਆ, 29 ਦਾ ਸੰਡੇ ਦੀ, ਅਤੇ ਤੁਸੀਂ ਲਾ ਲਓ 90 ਦੇ ਵਿੱਚ ਤਕਰੀਬਨ 141 ਤੋਂ ਉੱਪਰ ਮੇਰੇ ਹਿਸਾਬ ਨਾਲ ਜਿਹੜੀਆਂ ਪੰਚਾਇਤਾਂ ਨੇ ਹਰੇਕ ਪਿੰਡ ਦੇ ਵਿੱਚ ਹਾਂ ਸਾਹਿਬ ਕੋਈ ਇੰਤਜ਼ਾਮ ਆ। ਅੰਕਲ ਜੀ ਕੀ ਹੋਇਆ, ਕੀ ਗੱਲ ਹੋਈ ਆ? ਸਾਡੀ ਕੁੜੀ ਧੱਕੇ ਨਾਲ ਖਿੱਚ ਕੇ ਲਾ ਗਈ ਆ, ਲੰਬੀ ਸੀ ਸਵਾਲ ਅਸੀਂ ਇਹ ਪੁੱਛਾਂਗੇ ਕਿ ਪੰਚਾਇਤੀ ਚੋਣਾਂ 'ਚ ਨਾਮਜ਼ਦਗੀਆਂ ਤੱਕ ਪੋਲੀਟਿਕਸ ਨੇ ਪਿੰਡਾਂ ਅੱਗੇ ਕਿਹੜੀ ਪਿਕਚਰ ਪੇਸ਼ ਕੀਤੀ? ਇਸ ਸਵਾਲ 'ਤੇ ਬਹਿਸ ਹੋਊਗੀ, ਜਿਹੜਾ ਪੈਨਲ ਸਾਡੇ ਨਾਲ ਤਾਰਫ ਕਰਾ ਰਹੇ ਅਤੇ ਉਸ ਤੋਂ ਬਾਅਦ ਡਿਬੇਟ ਓਪਨ ਹੋ ਜਾਵੇ। ਕੁਲਦੀਪ ਸਿੰਘ ਧਾਲੀਵਾਲ ਭਾਰਤੀ ਜਨਤਾ ਪਾਰਟੀ ਦੇ ਸਪੋਕਸਪਰਸਨ ਨੇ, ਮਿਸਟਰ ਧਾਲੀਵਾਲ ਤੁਹਾਡਾ ਬਹੁਤ ਸਵਾਗਤ ਹੈ। ਐਡਵੋਕੇਟ KS ਮਠਾੜੂ, ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਨੇ, ਮਿਸਟਰ ਮਠਾੜੂ ਤੁਹਾਡਾ ਬਹੁਤ ਸਵਾਗਤ ਹੈ। ਐਡਵੋਕੇਟ ਅਰਸ਼ਪ੍ਰੀਤ ਸਿੰਘ ਖੜਿਆਲ ਪੰਜਾਬ ਕਾਂਗਰਸ ਦੇ ਚੀਫ ਸਪੋਕਸਪਰਸਨ ਨੇ, ਮਿਸਟਰ ਖੜਿਆਲ ਤੁਹਾਡਾ ਬਹੁਤ ਸਵਾਗਤ। ਐਡਵੋਕੇਟ ਬਿਕਰਮਜੀਤ ਪਾਸੀ ਆਮ ਆਦਮੀ ਪਾਰਟੀ ਸਪੋਕਸਪਰਸਨ ਨੇ, ਮਿਸਟਰ ਪਾਸੀ ਤੁਹਾਡਾ ਬਹੁਤ ਸਵਾਗਤ ਹੈ। ਮਿਸਟਰ ਪਾਸੀ ਕਹਿੰਦੇ ਜਦੋਂ ਕੈਮਰੇ ਤੋਂ ਪਾਸੇ ਕੋਈ ਗੱਲ ਹੋਵੇ ਉਹ ਸ਼ੇਅਰ ਨਹੀਂ ਕਰਨੀ ਚਾਹੀਦੀ, ਪਰ ਤੁਹਾਡੀ ਇੱਕ ਚੰਗੀ ਗੱਲ ਮੈਂ ਸ਼ੇਅਰ ਕਰਨ ਲੱਗਿਆ। ਜਦੋਂ ਮੈਂ ਤੁਹਾਨੂੰ ਕਾਲ ਕਰ ਰਿਹਾ ਸੀਗਾ ਤਾਂ ਤੁਸੀਂ ਕਿਸੇ ਨਾਲ ਗੱਲ ਕਰ ਰਹੇ ਸੀਗੇ, ਤੁਸੀਂ ਉਹਨੂੰ ਪੁੱਛ ਰਹੇ ਸੀ ਕੋਈ ਤਕਲੀਫ ਤਾਂ ਨਹੀਂ ਹੋਈ ਤੈਨੂੰ ਪਰਚਾ ਭਰਨ ਦੇ ਵਿੱਚ? ਪਰ ਸਰ ਸਾਡੇ ਕੋਲ ਜਿਹੜੇ ਕੈਮਰੇ ਬੋਲਦੇ ਪਏ, ਸਰ ਕੈਮਰੇ ਅੱਗੇ ਤਸਵੀਰਾਂ ਬੋਲਦੀਆਂ ਪਈਆਂ, ਅਤੇ ਉਹ ਸਰ ਕਹਿੰਦੇ ਤਕਲੀਫ ਹੀ ਹੋਈ ਹੈ। ਪਾਸੀ ਸਾਹਿਬ ਮੈਂ ਉਸ ਸ਼ਖਸ ਦੀ ਗੱਲ ਮੰਨਾਂ ਜਿਹੜਾ ਤੁਹਾਡੇ ਨਾਲ ਫੋਨ ਕਰਦੇ ਵੇਲੇ ਜੁੜਿਆ ਹੋਇਆ ਸੀ, ਜਾਂ ਇਹਨਾਂ ਦੀ ਮੰਨਾਂ ਸਰ ਜਿਹੜੇ ਮੇਰੇ ਕੋਲ ਆ ਗਏ ਸਾਰੇ ਹੀ ਸਾਰੇ? ਬਿਲਕੁਲ, ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਵੀ ਜੀ, ਅਤੇ ਸਾਰੇ ਦਰਸ਼ਕਾਂ ਨੂੰ ਵੀ। ਬਿਲਕੁਲ, ਜਦੋਂ ਤੁਹਾਡੀ ਕੋਈ ਕਾਲ ਆ ਰਹੀ ਸੀ ਡਿਬੇਟ ਦੇ ਲਈ, ਉਸ ਟਾਈਮ ਮੇਰੇ ਕੋਲ ਕੜਾਮਾ ਪਿੰਡ ਤੋਂ ਜੋ ਸਰਪੰਚੀ ਲਈ ਕੈਂਡੀਡੇਟ ਨੱਥੂ ਰਾਮ ਜੀ ਆ, ਪਹਿਲਾਂ 2 ਟਰਮ ਪਹਿਲਾਂ ਵੀ ਉਹ ਸਰਪੰਚ ਰਹੇ, ਉਹ ਆਏ ਹੋਏ ਸੀ, ਉਹ ਆਜ਼ਾਦ ਲੜ ਰਹੇ ਸੀ, ਅਤੇ ਦੋ ਉਸ ਦਰਮਿਆਨ ਮੇਰੇ ਕੋਲ ਇੱਕ ਕਲੋਲੀ ਪਿੰਡ ਤੋਂ ਆਜ਼ਾਦ ਲੜ ਰਿਹਾ ਮਿਸਟਰ ਰਾਹੁਲ ਅਤੇ ਇੱਕ ਕੁਲਵਿੰਦਰ ਸਿੰਘ, ਉਹ ਆਏ ਸੀਗੇ, ਅਤੇ ਮੈਂ ਉਹਨਾਂ ਨੂੰ ਪੁੱਛ ਰਿਹਾ ਸੀ ਕਿ ਕਿਸੇ ਨੂੰ ਤੁਸੀਂ ਆਜ਼ਾਦ ਲੜ ਰਹੇ ਹੋ, ਕਿਸੇ ਪਾਰਟੀ ਵੱਲੋਂ ਨਹੀਂ ਹੋ, ਕੋਈ ਕਿਸੇ ਨੂੰ ਪ੍ਰੋਬਲਮ ਤਾਂ ਨਹੀਂ ਆਈ, ਅਤੇ ਉਹਨਾਂ ਨੇ ਦੱਸਿਆ ਨਹੀਂ ਆਈ। ਹਾਂ, ਇੱਕ ਘਟਨਾ ਹੋਈ ਹੈ, ਮੈਂ ਉਸ ਤੋਂ ਵੀ ਇਨਕਾਰ ਨਹੀਂ ਕਰੂੰਗਾ,
ਜੋ ਦੋਏ ਗਰੁੱਪ ਆਪਣੇ ਆਪ ਨੂੰ ਦੱਸ ਰਹੇ ਸੀ, ਇੱਕੋ ਪਾਰਟੀ ਦਾ ਸਾਡੀ ਹੀ ਪਾਰਟੀ ਦਾ ਦੱਸ ਰਹੇ ਸੀ, ਉਹਨਾਂ ਦੀ ਆਪਸ 'ਚ ਕੋਈ ਖਹਿਬਾਜ਼ੀ ਹੋਈ ਸੀ, ਲੇਕਿਨ ਉਹਨਾਂ ਦੇ ਵੀ ਕਾਗਜ਼ ਪ੍ਰੋਪਰ ਭਰੇ ਗਏ ਹੈ। ਸੋ ਮੈਂ ਇਹ ਗੱਲ ਕਹਿ ਸਕਦਾ ਕਿ ਪੂਰੇ ਮਤਲਬ ਲੋਕਾਂ ਨੂੰ ਮੌਕਾ ਮਿਲਿਆ, ਸਭ ਨੇ ਆਪਣੇ ਕਾਗਜ਼ ਭਰੇ ਆ ਜੋ ਵੀ ਕੰਟੈਸਟ ਕਰਨਾ ਚਾਹੁੰਦਾ। ਪਰ ਜਿਹੜੀ ਤੁਸੀਂ ਕੈਮਰੇ 'ਤੇ 5 ਦਿਖਾ ਰਹੇ ਹੋ, ਦੇਖੋ 13,237 ਪਿੰਡਾਂ ਦੀਆਂ ਪੰਚਾਇਤਾਂ ਲਈ ਇਲੈਕਸ਼ਨ ਹੋ ਰਹੇ। ਸੋ ਇਹ ਅਗਰ ਮੈਂ ਇਹਨਾਂ ਘਟਨਾਵਾਂ ਤੋਂ ਇਨਕਾਰ ਨਹੀਂ ਕਰ ਸਕਦਾ ਜਿਹੜੀਆਂ 4-5 ਘਟਨਾਵਾਂ ਦੱਸ ਰਹੇ ਹੋ, ਪਰ ਓਵਰਆਲ ਅਗਰ ਤੁਸੀਂ ਟੋਟਲ ਦੇਖੋਗੇ ਤਾਂ ਸਮੂਥਲੀ ਜਿਹੜਾ ਹੈ ਪ੍ਰੋਸੀਜਰ ਚੱਲਿਆ, ਪ੍ਰੋਪਰ ਉਹਨਾਂ ਨੂੰ ਟਾਈਮ ਮਿਲਿਆ। ਪਾਸ ਸਾਹਿਬ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਜਿਹੜੀ ਨੈਗੇਟਿਵਿਟੀ ਆ ਉਹਦੀ ਪਬਲਿਸਿਟੀ ਜ਼ਿਆਦਾ ਹੋਗੀ, ਜਿਹੜਾ ਚੰਗਾ ਕੰਮ ਆ ਉਹਦੀ ਪਬਲਿਸਿਟੀ ਨਹੀਂ ਹੁੰਦੀ ਗੀ, ਤੁਸੀਂ ਇਹ ਕਹਿਣਾ ਚਾਹ ਰਹੇ ਹੋ ਪਾਸ ਸਾਹਿਬ? ਬਿਲਕੁਲ, ਮੈਂ ਪਿਛਲੇ 1.5 ਘੰਟੇ ਤੋਂ ਸਾਰੇ ਚੈਨਲਸ ਦੇਖ ਰਿਹਾ ਸੀ, ਇਹੀ 4-5 ਘਟਨਾਵਾਂ ਦਾ ਬਾਰ ਬਾਰ ਹਰ ਚੈਨਲ 'ਤੇ ਜ਼ਿਕਰ ਆ ਰਿਹਾ। ਲੇਕਿਨ 13,237 ਪੰਚਾਇਤਾਂ ਲਈ ਚੋਣ ਹੋ ਰਹੀ ਹੈ ਜੀ, ਔਰ ਮੈਂ ਕਾਫ਼ੀ ਪੰਚਾਇਤਾਂ ਤਾਂ ਸਰਬਸੰਮਤੀ ਨਾਲ ਚੁਣੀਆਂ ਵੀ ਜਾ ਚੁੱਕੀਆਂ। ਹਾਂ, ਪਿੰਡਾਂ ਦੀ ਆਪਸੀ ਧੜੇਬੰਦੀ ਕਾਰਨ ਅਗਰ ਇੱਦਾਂ ਦੀਆਂ ਕੋਈ ਘਟਨਾਵਾਂ ਹੋਈਆਂ ਤਾਂ ਪ੍ਰਸ਼ਾਸਨ ਨੇ ਪੂਰਾ ਸਹਿਯੋਗ ਦਿੱਤਾ, ਕਿਉਂਕਿ ਮੈਂ ਜਿੱਦਾਂ ਦੱਸ ਰਿਹਾ ਇੱਕ ਘਟਨਾ ਹੋਈ ਸੀਗੀ ਤਾਂ ਵਾਪਸ SDM ਸਾਹਿਬ ਨੇ ਉਹਨਾਂ ਨੂੰ ਬੁਲਾਇਆ, ਉਸੇ ਟਾਈਮ ਉਹਨਾਂ ਦੇ ਜਿਹੜੇ ਕਾਗਜ਼ ਸੀਗੇ ਉਹ ਦੁਬਾਰਾ ਭਰਵਾ ਕੇ ਉਹ ਸਬਮਿਟ ਕੀਤੇ ਗਏ ਵਿਦ ਇਨ 1.5 ਆਵਰ। ਸੋ ਇਹਦੇ 'ਚ ਪ੍ਰਸ਼ਾਸਨ ਨੂੰ ਜਾਂ ਸਰਕਾਰ ਵੱਲੋਂ ਕਿਸੇ ਕਿਸਮ ਦੀ ਕੋਈ ਕੋਤਾਹੀ ਨਹੀਂ ਹੈ, ਕਮੀ ਨਹੀਂ ਹੈ, ਸਰਕਾਰ ਤਾਂ ਸਮੂਥਲੀ ਚਲਾ ਰਹੀ ਹੈ ਔਰ ਸਮੂਥਲੀ ਹੀ ਇਲੈਕਸ਼ਨ ਹੋਏਗਾ, ਤੁਸੀਂ ਦੇਖੋਗੇ। ਚਲੋ, ਮੈਂ ਪਾਸੀ ਸਾਹਿਬ ਕਿਸੇ ਪੋਲੀਟੀਸ਼ੀਅਨ ਦਾ ਬਿਆਨ ਨਹੀਂ ਚਲਾਇਆ, ਇਸੇ ਕਰਕੇ ਇਹ ਬੈਠੇ ਆ ਪੋਲੀਟੀਕਲ ਪਾਰਟੀਆਂ ਦੀ ਨੁਮਾਇੰਦਗੀ ਕਰਦੇ ਆ। ਜੇ ਸਰ ਤੁਸੀਂ ਇਹਨਾਂ ਨੂੰ ਸੈਟੀਸਫਾਈ ਕਰ ਸਕਦੇ ਹੋ ਤਾਂ ਸਰ ਮੈਨੂੰ ਦੱਸ ਦਿਓ, ਮੈਂ ਉਹੋ ਜਿਹਾ ਸਵਾਲ ਇਹਨਾਂ ਨੂੰ ਪੁੱਛ ਲੂੰਗਾ ਪਾਸੀ ਸਾਹਿਬ। ਦੇਖੋ, ਗੱਲ ਇਸ ਤਰ੍ਹਾਂ, ਅਗਰ ਤਾਂ ਸਕਾਰਾਤਮਕ ਨਜ਼ਰੀਏ ਨਾਲ ਦੇਖਿਆ ਜਾਏ ਤਾਂ ਸੈਟੀਸਫਾਈ ਤਾਂ ਇਹ ਪਹਿਲਾਂ ਹੀ ਹੋ ਚੁੱਕੇ ਆ, ਲੇਕਿਨ ਅਗਰ ਕਿਉਂਕਿ ਵਿਰੋਧ ਕਰਨ ਲਈ ਵਿਰੋਧ ਕਰਨਾ ਤਾਂ ਫਿਰ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ, ਮੈਂ ਜਿੰਨਾ ਮਰਜ਼ੀ ਜ਼ੋਰ ਲਾ। ਚਲੋ, ਇਹ ਤਾਂ ਮੇਰੇ ਭਰਾਵਾਂ ਦੇ ਉੱਤੇ ਡਿਪੈਂਡ ਕਰਦਾ ਜੀ। ਚਲੋ, ਮੈਂ ਕੋਸ਼ਿਸ਼ ਕਰਦਾ, ਮੈਂ ਪਹਿਲਾ ਸਵਾਲ ਲੈ ਕੇ ਜਾਂਦਾ ਕਾਂਗਰਸ ਕੋਲ, ਇਹ ਅਪੋਜੀਸ਼ਨ, ਮੇਨ ਅਪੋਜੀਸ਼ਨ ਆ ਪੰਜਾਬ ਦੀ। ਮਿਸਟਰ ਖੜਿਆਲ, ਇਹ ਆਟੇ 'ਚ ਲੂਣ ਦੇ ਬਰਾਬਰ ਹੈ ਸਰ, ਜਿਹੜੇ ਮਾੜੇ ਮੋਟੀਆਂ ਖਬਰਾਂ ਆਈਆਂ ਅੱਗੇ ਫਾਈਲਾਂ ਸਿੱਟਤੀਆਂ ਜਾਂ NOC ਵਿੱਚ ਦਿੱਕਤ ਆਈ, ਇਹ ਛੋਟੀਆਂ ਮੋਟੀਆਂ ਖਬਰਾਂ ਖੜਿਆਲ ਸਭ, ਇਹ ਹਾਈਲਾਈਟ ਹੋ ਰਹੀਆਂ ਜ਼ਿਆਦਾ, ਜਿਹੜੀ ਚੰਗੀ ਚੀਜ਼ ਹੈ ਉਹ ਹਾਈਲਾਈਟ ਨਹੀਂ ਹੁੰਦੀ, ਇਸ ਲਈ ਇੰਨੀਆਂ ਜ਼ਿਆਦਾ ਪੰਚਾਇਤਾਂ, 13,000 ਤੋਂ ਉੱਪਰ ਪੰਚਾਇਤਾਂ ਦਾ ਦੌਰ ਹੈ, ਉਹਦੇ ਵਿੱਚ ਜੇ 4-5 ਖਬਰਾਂ ਆ ਗਈਆਂ ਸਰ, ਫਿਰ ਆਪਾਂ ਇਹਨੂੰ ਵੱਡਾ ਮੁੱਦਾ ਨਾ ਬਣਾਈਏ। ਮਿਸਟਰ ਪਾਸੀ ਇਹ ਕਹਿਣਾ ਚਾਹ ਰਹੇ ਤੇ ਮੈਂ ਸਵਾਲ ਤੁਹਾਡੇ ਅੱਗੇ ਰੱਖ ਰਿਹਾ। ਮਿਸਟਰ ਖੜਿਆਲ, ਇਹਨੂੰ ਆਪਾਂ ਆਟੇ 'ਚ ਨੂਨ ਨਾ ਕਹੀਏ, ਨੂਨ 'ਚ ਆਟਾ ਕਹੀਏ, ਕਿਉਂਕਿ ਇੰਸੀਡੈਂਟਸ ਹੀ ਇੰਸੀਡੈਂਟਸ ਨਜ਼ਰ ਆ ਰਹੇ ਹੈ। ਲਾਅ ਐਂਡ ਆਰਡਰ ਪੂਰਨ ਤਰੀਕੇ ਨਾਲ ਚਰਮਰਾ ਗਿਆ, ਲੋਕਤੰਤਰ ਦਾ ਕਤਲ ਹੋ ਰਿਹਾ, ਉਹ ਵੀ ਇੱਕ ਵਾਰੀ ਨਹੀਂ, ਵਾਰ ਵਾਰ ਹੋ ਰਿਹਾ। ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਰਿਕਾਰਡ ਦਰਜ ਕਰਾਇਆ, ਇਦੂ ਵੱਧ ਧੱਕਾ, ਇਦੂ ਵੱਡਾ ਡੰਡਾ ਤੰਤਰ ਪਹਿਲਾਂ ਪੰਚਾਇਤ ਇਲੈਕਸ਼ਨ ਦੇ ਵਿੱਚ ਕਦੇ ਕਿਸੇ ਨੇ ਨਹੀਂ ਦੇਖਿਆ ਸੀ, ਕਦੇ ਕਿਸੇ ਸੂਬੇ ਨੇ ਸੋਚਿਆ ਵੀ ਨਹੀਂ ਸੀਗਾ। ਹੁਣ ਗੱਲ ਇਹ ਹੈ ਕਿ ਕਦੇ ਤਾਂ ਬੋਲੀਆਂ ਲੱਗਦੀਆਂ 2-2 ਕਰੋੜ ਰੁਪਏ ਦੀਆਂ, 50-50 ਲੱਖ ਰੁਪਏ ਦੀਆਂ, ਕਦੇ ਕਦੇ ਇਹ ਦੇਖਣ ਨੂੰ ਮਿਲਦਾ ਹੈ ਵੀ ਫਾਇਰਿੰਗ ਹੋ ਰਹੀ ਹੈ, ਫਾਇਰਿੰਗ ਇੰਸੀਡੈਂਟਸ ਵਾਰ ਵਾਰ ਹੋ ਰਹੇ, ਫੈਰ ਚੱਲ ਰਹੇ ਹੈ, ਕਾਂਗਰਸ ਪਾਰਟੀ ਦੇ ਵਰਕਰਾਂ ਤੇ ਹਮਲੇ ਹੋ ਰਹੇ ਹੈ, ਪੱਥਰਬਾਜ਼ੀ ਹੋ ਰਹੀ ਹੈ, ਰੋੜੇ ਚਲਾਏ ਜਾ ਰਹੇ ਹੈ, ਸੈਕਟਰੀ ਨਹੀਂ ਮਿਲ ਰਹੇ, BDPOs ਨਹੀਂ ਮਿਲ ਰਹੇ, NOC ਨਹੀਂ ਕਲੀਅਰ ਹੋ ਰਹੀ, ਜਿੱਥੇ ਸੰਖਿਆ ਹੈ ਹੀ ਨਹੀਂ ਉੱਥੇ ਰਿਜ਼ਰਵੇਸ਼ਨ ਕੀਤੀ ਜਾ ਰਹੀ ਹੈ, ਚੂਲਾ ਆਪਣਾ ਟੈਕਸ ਨੂੰ ਲੈ ਕੇ ਇਹ ਦਿੱਕਤ ਆ ਰਹੀ ਹੈ। ਤੇ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹ ਪੁੱਛਣਾ ਚਾਹੁੰਦਾ ਹੈ ਕਿ ਮਾਨ ਸਾਹਿਬ ਅਜੇ ਤੱਕ ਚੁੱਪ ਕਿਉਂ ਨੇ, ਮਾਨ ਸਾਹਿਬ ਤੇ ਪੰਚਾਇਤ ਮੰਤਰੀ ਇਹਨੂੰ ਕੰਡੈਮ ਕਿਉਂ ਨਹੀਂ ਕਰਦੇ ਪਏ ਜਿਹੜੇ ਇੰਸੀਡੈਂਟਸ ਬੈਕ ਟੂ ਬੈਕ ਹੋ ਰਹੇ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੇ ਅਜੇ ਤੱਕ ਇੱਕ ਵੀ ਟਿੱਕਾ ਟਿੱਪਣੀ ਨਹੀਂ ਕੀਤੀ। ਮੈਂ ਇਹਨਾਂ ਨੂੰ ਪੁੱਛੂਗਾ ਕਿ ਜੇ ਤੁਸੀਂ ਆਪ ਕਹਿ ਰਹੇ ਹੋ ਵੀ ਫੇਅਰ ਐਂਡ ਫੇਅਰ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਣਾ ਚਾਹੀਦਾ, ਡੈਲੀਗੇਸ਼ਨ ਜਾ ਕੇ ਕਹਿ ਰਹੀ ਹੈ, ਇਹਦਾ ਮਤਲਬ ਤਾਂ ਹੈ ਕਿ ਤੁਸੀਂ ਆਪਦੇ ਆਪ ਨੂੰ ਸਰਟੀਫਿਕੇਟ ਦਿੱਤਾ ਵੀ ਫੇਲ ਹੀ ਤੁਹਾਡੀ ਸਰਕਾਰ ਹੋ ਗਈ ਹੈ, ਜੇ ਤੁਹਾਡੀ ਸਰਕਾਰ ਦੇ ਅੰਡਰ ਤੁਹਾਨੂੰ ਇਹ ਆਪ ਜਾ ਕੇ ਕਹਿਣਾ ਪੈ ਰਿਹਾ ਵੀ ਫ੍ਰੀ ਐਂਡ ਫੇਅਰ ਇਲੈਕਸ਼ਨ ਇਨਸ਼ੋਰ ਕਰੋ। ਫਿਰ ਤੀਜਾ ਇਹ ਹੈ ਕਿ ਇਹਨਾਂ ਦੇ MLA ਇੱਕ ਪਾਸੇ ਪਾਸੀ ਸਾਹਿਬ ਕਹਿ ਰਹੇ ਆ ਜੀ ਆਜ਼ਾਦ,
ਖੜਾ ਹੋਇਆ ਉੱਥੇ ਕੈਂਡੀਡੇਟ, ਇਹ ਤਾਂ ਕਹਿ ਰਹੇ ਸੀ ਆਮ ਆਦਮੀ ਪਾਰਟੀ ਪਾਰਟੀ ਸਿੰਬਲ ਖਰੇ ਅਸੀਂ ਖਤਮ ਕਰਤੇ ਐਤਕੀ, ਕਿਸੇ ਹਿਸਾਬ ਦਾ ਵੀ ਕੋਈ ਪੋਲੀਟੀਕਲ ਇਨਫਲੂਐਂਸ ਨਹੀਂ ਹੋਊਗਾ ਪੰਚਾਇਤ ਇਲੈਕਸ਼ਨ ਦੇ ਵਿੱਚ। ਹੁਣ ਪਾਸੀ ਸਾਹਿਬ ਕਹਿ ਰਹੇ ਆ ਆਜ਼ਾਦ, ਆਮ ਆਦਮੀ ਪਾਰਟੀ ਦੇ ਸਭ ਤੋਂ ਪਹਿਲਾਂ ਐਮ ਐਲ ਏ ਦੀ ਵੀਡੀਓ ਆਈ ਸੀ ਜਿੱਥੇ ਐਮ ਐਲ ਏ ਨੇ ਕਿਹਾ ਸੀਗਾ ਅਸੀਂ ਬੰਦੇ ਬਣਾਵਾਂਗੇ, ਥ੍ਰੈਟ ਜਾਰੀ ਕੀਤਾ ਸੀਗਾ ਸਰਪੰਚ ਆਪਦੇ ਆਪ ਹੀ ਡਿਕਲੇਅਰ ਕਰਕੇ। ਖੜਿਆਲ ਸਾਹਿਬ, ਖੜਿਆਲ ਸਾਹਿਬ ਜਿਹੜੇ ਨਿਯਮਾਂ ਦਾ ਤੁਸੀਂ ਹਵਾਲਾ ਦੇ ਰਹੇ ਹੋ, ਇਹਦਾ ਮਤਲਬ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਪੰਜਾਬ ਵਿੱਚ ਜਿੰਨੇ ਵੀ ਕੈਂਡੀਡੇਟ ਖੜੇ ਉਹ ਸਾਰੇ ਆਜ਼ਾਦ ਆ? ਨਹੀਂ, ਆਮ ਆਦਮੀ ਪਾਰਟੀ ਨੇ ਕਿਹਾ ਸੀਗਾ ਵੀ ਪੋਲੀਟੀਕਲ ਇਨਫਲੂਐਂਸ ਐਤਕੀ ਹੋਊਗਾ ਨਹੀਂ, ਅਸੀਂ ਜਿਹੜੀ ਸਟੇਟ ਪੋਲੀਟੀਕਲ ਪਾਰਟੀਜ਼ ਹੈ ਜਾਂ ਨੈਸ਼ਨਲ ਪਾਰਟੀਜ਼ ਹੈ ਉਹਨਾਂ ਦਾ ਇਹ 'ਚ ਕੋਈ ਰੋਲ ਨਹੀਂ ਹੋਊਗਾ, ਐਤਕੀ ਸਾਰੇ ਇੰਡੀਆ ਵਿੱਚੋਂ ਲੰਡ ਗਏ, ਇੰਡੀਪੈਂਡੈਂਟ ਲੰਡ ਗਏ। ਹੁਣ ਮੈਂ ਇਹਨਾਂ ਨੂੰ ਪੁੱਛੂਗਾ ਵੀ ਜੇ ਇਹ ਗੱਲ ਸੱਚ ਸੀਗੀ ਤੇ ਫਿਰ ਆਮ ਆਦਮੀ ਪਾਰਟੀ ਜਿਹੜੇ ਅੱਜ ਐਮ ਐਲ ਏ ਨੇ ਕਿਹਾ ਵੀ ਮੁਲਾਜ਼ਮਾਂ ਗੋਲਡੀ ਜਿਹਨਾਂ ਨੇ ਕਿਹਾ ਕਿ ਐਮ ਐਲ ਏ ਦੇ ਜਿਹੜੇ ਮੁਲਾਜ਼ਮ ਹੈ ਉਹਨਾਂ ਖਿਲਾਫ਼ ਅਸੀਂ ਕਾਰਵਾਈ ਕਰਾਂਗੇ ਫਲਾਣੀ ਚੀਜ਼ ਲਈ ਫਲਾਣੀ ਚੀਜ਼ ਲਈ, ਉਹ ਕੀ ਹੈ ਜਿਹੜੇ ਤੁਹਾਡੇ ਐਮ ਐਲ ਏ ਉੱਥੇ ਬਿਆਨ ਦੇ ਰਹੇ ਸੀ, ਧਮਕੀ ਦੇ ਰਹੇ ਸੀ, ਉਹ ਕੀ ਚੀਜ਼ ਹੈ? ਤੇ ਤੀਜੀ ਗੱਲ, ਕੁਲਬੀਰ ਜੀਰਾ ਜੀ ਤੇ ਜਾਨਲੇਵਾ ਹਮਲਾ ਹੋਇਆ, ਹੋਰ ਸਾਡੇ ਲੀਡਰਾਂ ਤੇ ਹਮਲਾ ਹੋਇਆ, ਉਹਨਾਂ ਦੇ ਕਾਗਜ਼ ਪਾੜੇ ਗਏ ਖੁੱਲ੍ਹੇਆਮ ਸਿਰਿਆਂ ਤੇ, ਹਾਈਕੋਰਟ ਨੇ ਨਾ ਕੱਲ੍ਹ ਇੱਕ ਆਰਡਰ ਪਾਸ ਕੀਤਾ ਸੀਗਾ ਕੇ ਪੀ ਜੀ, ਉਹ ਆਰਡਰ ਦੇ ਵਿੱਚ ਕੀ ਲਿਖਿਆ ਡਿਵੀਜ਼ਨ ਬੈਂਚ ਨੇ ਜਸਟਿਸ ਸੁਰੇਸ਼ਵਰ ਠਾਕੁਰ ਉਹਦੇ ਵਿੱਚ ਸੀਗੇ ਕੱਲ੍ਹ ਪਰਸੋਂ ਪਰਸੋਂ ਦਾ ਆਰਡਰ ਹੈ ਮੋਸਟ ਪ੍ਰੋਬਬਲੀ, ਉਹਦੇ ਵਿੱਚ ਲਿਖਿਆ ਕੀ ਹੈ ਕਿ ਵੀਡੀਓਗ੍ਰਾਫੀ ਦੇ ਅੰਡਰ ਨੋਮੀਨੇਸ਼ਨ ਪ੍ਰੋਸੈਸ ਜਿਹੜੀ ਮੁਕੰਮਲ ਹੋਊਗੀ, ਨਾਲੇ ਵੋਟਿੰਗ ਤੇ ਕਾਊਂਟਿੰਗ ਪ੍ਰੋਸੈਸ ਹੋਊਗੀ। ਵੀਡੀਓਗ੍ਰਾਫੀ ਦੀ ਲੋੜ ਤੁਹਾਨੂੰ ਯਾਦ ਆ ਕਿੱਥੇ ਪਈ ਸੀਗੀ? ਚੰਡੀਗੜ੍ਹ ਮੇਅਰਪੋਲ ਦੇ ਵਿੱਚ ਜਿੱਥੇ ਪ੍ਰੈਜ਼ਾਈਡਿੰਗ ਆਫਿਸਰ ਨੇ ਬੈਲੈਂਸ ਨੂੰ ਡਿਫੇਸ ਕਰਤਾ ਸੀ, ਖਰਾਬ ਕਰਤਾ ਸੀ, ਉਹਦੇ ਬਾਅਦ ਸੁਪਰੀਮ ਕੋਰਟ ਨੇ ਫਟਕਾਰ ਲਈ ਸੀ। ਉਹ ਜੇ ਹਾਲਾਤ ਇੱਕ ਪਾਸੇ ਤਾਂ ਬੀਜੇਪੀ ਨੂੰ ਕ੍ਰਿਟੀਸਾਈਜ਼ ਕਰਦੇ, ਆਲੋਚਨਾ ਕਰਦੇ ਆ ਵੀ ਭਾਰਤੀ ਜਨਤਾ ਪਾਰਟੀ ਦੁਰਉਪਯੋਗ ਕਰਦੀ, ਧੱਕਾ ਕਰਦੀ ਹੈ ਪੰਜਾਬ 'ਚ, 10 ਕਦਮ ਵੱਧ ਕਰ ਰਹੇ, ਤਾਂ ਹੀ ਕਰਕੇ ਇੱਕ ਆਨੇਬਲ ਹਾਈਕੋਰਟ ਦਾ ਆਰਡਰ ਆਇਆ ਜਿਹਦੇ 'ਚ ਵੀਡੀਓਗ੍ਰਾਫੀ ਦੀ ਇਜਾਜ਼ਤ ਦਿੱਤੀ ਗਈ ਹੈ। ਤੇ ਵੀਡੀਓਗ੍ਰਾਫੀ ਦੀ ਇਜਾਜ਼ਤ ਕਿਉਂ ਦੇਣੀ ਪਈ ਹਾਈਕੋਰਟ ਨੂੰ ਜੇ ਫ੍ਰੀ ਐਂਡ ਫੇਅਰ ਹੁੰਦਾ ਕੇ ਪੀ ਜੀ, ਫਿਰ ਵੀਡੀਓਗ੍ਰਾਫੀ ਦੀ ਕੀ ਲੋੜ ਹੈ? ਸੋ ਇੱਥੋਂ ਮੈਂ ਇਹੀ ਕਹੂੰਗਾ ਕਿ ਆਮ ਆਦਮੀ ਪਾਰਟੀ ਸਰਕਾਰ ਇੱਕ ਗੱਲ ਇਹਨੀ ਗੱਲ ਦਾ ਜਵਾਬ ਦੇਵੇ ਕਿ ਇਹ ਆਪਦੇ ਲੀਡਰ ਖਿਲਾਫ ਕਾਰਵਾਈ ਕਰਨਗੇ ਕਿ ਨਹੀਂ ਜਿਹਨਾਂ ਨੇ ਧਮਕੀ ਦਿੱਤੀ ਹੈ। ਤੇ ਬੀਜੇਪੀ ਨੂੰ ਮੈਂ ਪੁੱਛੂਗਾ ਕਿ ਤੁਹਾਡੇ ਜਿਹੜੇ ਵਰਕਰ ਨੇ ਕਿਹਾ ਵੀ 2 ਕਰੋੜ ਦੀ ਬੋਲੀ ਨਾਲੇ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਨੇ ਜਸਟੀਫਾਈ ਕੀਤਾ, ਇਹਨੀ ਗੱਲ ਦਾ ਜਵਾਬ ਦੇ ਦੇਣ, ਇਹ 2 ਕਰੋੜ ਰੁਪਇਆ ਆਇਆ ਕਿੱਥੋਂ ਉਹਦੇ ਕੋਲੇ? ਮੈਂ ਆ ਰਿਹਾ ਸਰ, ਮੈਂ ਪੱਕਾ ਪੈਸਾ ਹੈ, ਕਰਪਸ਼ਨ ਦਾ, ਮਨੀ ਲਾਂਡਰਿੰਗ ਦਾ, ਕਿਉਂਕਿ ਅੱਜ ਕਹਿ ਰਿਹਾ ਸਰਪੰਚੀ ਦੋ ਮੈਨੂੰ 2 ਕਰੋੜ ਦੀ, ਕੱਲ ਕਹਿਣਗੇ 10 ਕਰੋੜ ਦੀ ਐਮਐਲਏ ਸ਼ਿਪ ਦੋ, ਪਰਸੋਂ ਕਹਿਣਗੇ ਐਮਪੀ ਸ਼ਿਪ ਦੋ 20 ਕਰੋੜ ਦੀ, ਚੌਥੇ ਕਹਿਣਗੇ ਸੀਐਮ ਸ਼ਿਪ ਦੋ 200 ਕਰੋੜ ਦੀ, ਉਦੋਂ ਅਗਲੇ ਦਿਨ ਕਹਿਣਗੇ ਪ੍ਰਾਈਮ ਮਿਨਿਸਟਰ ਸ਼ਿਪ ਦੋ 500 ਕਰੋੜ ਰੁਪਏ ਦੀ, ਮੈਂ ਉਦੋਂ ਬਾਅਦ ਵਿਕਾਸ ਕਰੂੰਗਾ, ਮੈਂ ਪੈਸਾ ਲਾਊਂਗਾ ਤੁਹਾਡੇ ਜ਼ਿਲ੍ਹੇ ਤੇ, ਮੈਂ ਆਪਣਾ 10 ਕਰੋੜ ਲਾ ਦੂੰਗਾ, ਕੀ ਉਹਦਾ ਮਤਲਬ ਹੈ ਕਿ ਉਹ ਠੀਕ ਹੋ ਜਾਊਗਾ? ਠੀਕ, ਇਹ ਆਫੈਂਸ ਹੈ, ਇਹ ਕਰਪਸ਼ਨ ਹੈ ਖੁੱਲ੍ਹੇਆਮ ਸਿਰਿਆਂ ਤੇ ਕਾਰਵਾਈ ਹੋਣੀ ਬੰਦ ਕਰੋ। ਚਲੋ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਸੁਣਨਾ, ਮੇਰੇ ਸਵਾਲ ਘੱਟ ਹੋਣਗੇ ਤੇ ਤੁਹਾਨੂੰ ਸਾਰਿਆਂ ਨੂੰ ਸੁਣਨਾ, ਇੱਕ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ, ਬਾਕੀ ਬੁਲਾਰਿਆਂ ਕੋਲੇ ਜਾਵਾਂਗੇ, ਭਰੇ ਗਏ ਪਰਚੇ ਹੁਣ ਕਿਹੜੇ ਚਰਚੇ। ਮੁੜ ਤੋਂ ਤੁਹਾਡਾ ਸਵਾਗਤ ਹੈ, ਵੱਡਾ ਸਵਾਲ ਅਸੀਂ ਇਹ ਪੁੱਛ ਰਹੇ, ਪੰਚਾਇਤੀ ਚੋਣਾਂ 'ਚ ਨਾਮਜ਼ਦਗੀਆਂ ਤੱਕ ਪੋਲੀਟਿਕਸ ਨੇ ਪਿੰਡ ਆ ਕੇ ਕਿਹੜੀ ਪਿਕਚਰ ਪੇਸ਼ ਕੀਤੀ? ਮਿਸਟਰ ਮਠਾੜੂ, ਆਪਾਂ ਡਿਬੇਟ ਕਰ ਰਹੇ ਤੇ ਇਹਦੇ ਵਿਚਾਲੇ ਤੁਹਾਡੀ ਇੱਕ ਪ੍ਰੈਸ ਰਿਲੀਜ਼ ਮੇਰੇ ਕੋਲ ਆ ਗਈ ਹੈ, ਉਹਦੇ ਵਿੱਚ ਤੁਸੀਂ ਡਿਮਾਂਡ ਕਰਦੇ ਪਏ ਹੋ ਕਿ ਨਾਮਜ਼ਦਗੀਆਂ ਦਾ ਸਮਾਂ ਵਧਾਇਆ ਜਾਵੇ, ਇੱਕ ਖਾਸ ਹਲਕੇ ਦੀ ਗੱਲ ਹੋ ਰਹੀ ਹੈ ਅਤੇ ਜ਼ਾਬਤੇ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਇਹ ਨਾਮਜ਼ਦਗੀਆਂ ਦਾ ਸਮਾਂ ਵਧਾਉਣ ਦਾ ਤੁਸੀਂ ਕਾਰਨ ਦੱਸ ਰਹੇ ਹੋ ਕਿ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰਨ ਦਿੱਤੇ ਗਏ, ਪਾੜ ਦਿੱਤੇ ਗਏ। ਮਿਸਟਰ ਮਠਾੜੂ, ਇਹ ਇੱਕਾ ਦੁੱਕਾ ਘਟਨਾਵਾਂ ਉਹਦੀ ਤੁਸੀਂ ਡਿਮਾਂਡ ਕਰਦੇ ਪਏ ਹੋ ਜਾਂ ਤੁਹਾਨੂੰ ਲੱਗਦਾ ਕਿ ਬਹੁਤ ਥਾਵਾਂ 'ਤੇ ਇਹੋ ਜਿਹਾ ਕੁਛ ਹੋਇਆ ਅਤੇ ਉੱਥੇ ਸਮਾਂ ਵਧਾਇਆ ਜਾਵੇ? ਮਿਸਟਰ ਮਠਾੜੂ, ਕੇ ਪੀ ਜੀ, ਮੈਂ ਨਾ ਬੇਨਤੀ ਕਰਾਂ, ਜਿਹੜੀ ਇੱਕਾ ਦੁੱਕਾ ਘਟਨਾਵਾਂ ਤੁਸੀਂ ਕਹਿੰਦੇ ਹੋ, ਇਹਨਾਂ ਨੇ ਕਿਹਾ ਕਿ 5-4 ਕੈਮਰਿਆਂ ਦੇ ਵਿੱਚ ਹੀ ਕੈਦ ਹੋਈਆਂ, ਕਿਉਂਕਿ ਇੰਨੀਆਂ ਥਾਵਾਂ ਦੇ ਉੱਪਰ ਇੰਨੇ ਪਿੰਡਾਂ ਦੇ ਜਿਹੜੇ ਨੋਮੀਨੇਸ਼ਨ ਭਰੇ ਜਾ ਰਹੇ ਸੀਗੇ, ਉਹ ਸਾਰੀਆਂ ਜਿਹੜੀਆਂ ਘਟਨਾਵਾਂ ਕੈਮਰੇ ਦੇ ਵਿੱਚ ਨਹੀਂ ਆ ਸਕਦੀਆਂ। ਇਸ ਕਰਕੇ ਮੈਂ ਇੱਕ ਤਾਂ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਆ, ਸਾਡੇ ਨਾ ਕਾਨੂੰਨੀ ਭਾਸ਼ਾ ਦੇ ਵਿੱਚ ਕਿਹਾ ਕਰਦੇ ਆ, ਇੱਕ ਤਾਂ ਹੁੰਦਾ ਇੱਕ ਹੁੰਦੀ ਆ ਵਾਰਦਾਤ ਤੇ ਇੱਕ ਹੁੰਦਾ ਹਾਦਸਾ। ਵਾਰਦਾਤ ਜੋ ਮੱਥ ਕੇ ਕੀਤੀ ਜਾਂਦੀ ਹੈ ਔਰ ਹਾਦਸਾ ਜੋ ਕੁਦਰਤੀ ਹੋ ਜਾਂਦਾ। ਜਿਹੜੀ ਗੱਲ ਪਾਸੀ ਸਾਹਿਬ ਕਰ ਰਹੇ ਸੀ ਨਾ ਕਿ ਇੱਕਾ ਦੁੱਕਾ ਪਿੰਡਾਂ ਦੇ ਵਿੱਚ ਆਪਸੀ ਧੜੇ ਉਹ ਐਵੇਂ ਭਿੜ ਪਏ, ਇਹ ਗੱਲ ਨਹੀਂ ਹੈ। ਇਹ ਆਮ ਆਦਮੀ ਪਾਰਟੀ ਨੇ ਵਾਰਦਾਤ ਕੀਤੀ ਹੈ, ਪ੍ਰੀ ਪਲਾਨ ਕੀਤੀ ਹੈ। ਦੇਖੋ ਜਦੋਂ ਇਹਨਾਂ ਨੇ ਅਨਾਊਂਸ ਕੀਤਾ, ਚੋਣਾਂ ਅਨਾਊਂਸ ਕੀਤੀਆਂ ਵਿੱਚ 3 ਛੁੱਟੀਆਂ ਆਈਆਂ, ਟਾਈਮਿੰਗ ਕੀ ਰੱਖਿਆ 11 ਵਜੇ ਤੋਂ ਲੈ ਕੇ 3 ਵਜੇ ਤੱਕ, 4-4 ਮਤਲਬ
ਸਾਰੀ ਪ੍ਰੋਸੈਸਿੰਗ ਜਿਹੜੀ ਭਰਨ ਦੀ ਨੋਮੀਨੇਸ਼ਨ 8 ਘੰਟੇ, ਇੱਕ ਅੱਧਾ ਦਿਨ ਹੋਰ ਲਾ ਲਓ 10-12 ਘੰਟੇ ਲਾ ਲਓ ਜ਼ਿਆਦਾ ਤੋਂ ਜ਼ਿਆਦਾ। ਔਰ ਉਹਦੇ ਵਿੱਚ ਪਿੰਡ ਕਿੰਨੇ, ਪਾਸੀ ਸਾਹਿਬ ਨੇ ਖੁਦ ਹੀ ਗਿਣਾਇਆ 13,200 ਜਿਹੜੀਆਂ 37 ਪੰਚਾਇਤਾਂ ਗਿਣਾਇਆ ਇਹਨਾਂ ਨੇ, ਔਰ ਕਿੰਨੇ ਬਲਾਕ ਹੁਣ ਜਿਹੜੀਆਂ ਖਾਸ ਕਰਕੇ ਗੱਲਾਂ ਹੋਈਆਂ। ਤੁਸੀਂ ਕਿਹਾ ਇੱਕ ਇਲਾਕੇ ਦੀ ਗੱਲ, ਮੈਂ ਤੁਹਾਨੂੰ ਸਾਡੇ ਮਾਨਸਾ ਜ਼ਿਲ੍ਹੇ ਦੇ ਬੁੱਢਲਾ ਡਾਹ ਇਲਾਕੇ ਦੀ ਗੱਲ ਦੱਸਦਾ, ਇੱਕੋ ਬਲਾਕ ਹੈ ਤੇ ਉਹਦੇ ਵਿੱਚ ਲਗਭਗ 85-86 ਪਿੰਡ ਹੈ। 85-86 ਪਿੰਡਾਂ ਦੇ ਵਿੱਚ ਕਿੰਨੇ ਸਰਪੰਚਾਂ ਨੇ ਨੋਮੀਨੇਸ਼ਨ ਭਰਨੇ ਸੀ, ਕਿੰਨੇ ਜਿਹੜੇ ਹੈਗੇ ਹੈ ਪੰਚਾਂ ਨੇ ਭਰਨੇ ਸੀ ਨੋਮੀਨੇਸ਼ਨ, ਔਰ ਉਹਨਾਂ ਨੂੰ ਸਾਰਿਆਂ ਨੂੰ ਮਿਲਾ ਲਈਏ ਨਾ ਅਗਰ ਤਾਂ ਕਈ ਸੈਂਕੜੇ ਜਿਹੜੇ ਲੋਕ ਹੈਗੇ ਉਹ ਬਣ ਜਾਣੇ ਸੀ। ਔਰ ਉੱਥੇ ਨੋਮੀਨੇਸ਼ਨ ਭਰਿਆ ਜਾ ਰਿਹਾ ਸੀਗਾ ਸਿਰਫ ਆਮ ਆਦਮੀ ਪਾਰਟੀ ਦਾ, ਇਹ ਸਾਰਿਆਂ ਨੇ ਪ੍ਰੀ ਪਲਾਨਿੰਗ ਕੀ ਜਿਹੜੇ ਤੁਸੀਂ ਆਮ ਆਦਮੀ ਪਾਰਟੀ ਵਾਲਿਆਂ ਨੇ ਨਾਲੇ ਤਾਂ ਕੈਂਡੀਡੇਟ ਨਾਲੇ ਕੈਂਡੀਡੇਟ ਨਹੀਂ ਹੈਗੇ ਕਿਸੇ ਧਿਰ ਦੇ, ਫਿਰ ਤੁਸੀਂ ਕਹਿ ਰਹੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦਾ ਭਰੇ ਜਾ ਰਹੇ ਸੀਗੇ। ਹੁਣ ਪਾਸੀ ਸਾਹਿਬ ਨੇ ਕਿਹਾ ਕਿ ਸਾਡੀ ਪਾਰਟੀ ਦੇ ਸੀਗੇ ਦੋਵੇਂ ਜਿਹੜੇ ਉਹ ਝਗੜ ਰਹੇ ਸੀ, ਇਹਦਾ ਮਤਲਬ ਤਾਂ ਮੰਨ ਚੁੱਕੇ ਆ ਕਿ ਸਾਰੇ ਸਾਡੀ ਪਾਰਟੀ ਦੇ। ਦੇਖੋ ਇਹਨਾਂ ਨੇ ਪ੍ਰੀ ਪਲਾਨਿੰਗ ਤਾਂ ਇਹਨਾਂ ਨੂੰ ਪਤਾ ਸੀ ਚੋਣ ਨਿਸ਼ਾਨ ਜਿਹੜੀ ਅਮੈਂਡਮੈਂਟ ਕੀਤੀ, ਚੋਣ ਨਿਸ਼ਾਨ ਤੇ ਤਾਂ ਪਹਿਲਾਂ ਵੀ ਕਦੇ ਚੋਣ ਨਹੀਂ ਹੋਈ ਸੀ, ਇਹਨਾਂ ਨੇ ਜਾਣ ਬੁੱਝ ਕੇ ਅਮੈਂਡਮੈਂਟ ਕੀਤੀ ਕਿ ਇਸ ਵਾਰ ਅਗਰ ਦੂਸਰੀਆਂ ਪਾਰਟੀਆਂ ਨੇ ਚੋਣ ਅਨਾਊਂਸ ਚੋਣ ਨਿਸ਼ਾਨ ਤੇ ਅਨਾਊਂਸ ਕਰਤੀਆਂ ਤਾਂ ਸਾਡੀ ਜਿਹੜੀ ਚੋਣ ਨਿਸ਼ਾਨ ਝਾੜੂ ਨੂੰ ਤਾਂ ਵੋਟ ਹੀ ਨਹੀਂ ਪੈਣੀ। ਇਸ ਕਰਕੇ ਇਹਨਾਂ ਨੇ ਆਜ਼ਾਦ ਦਾ ਨਾਮ ਦੇ ਕੇ ਜਿਹੜਾ ਹੈਗਾ ਇਹ ਸਾਰੀਆਂ ਗੱਲਾਂ ਬਾਤਾਂ ਕੀਤੀਆਂ। ਮੈਂ ਹੁਣ ਗੱਲ ਕਰ ਰਿਹਾ ਜਿਹੜੇ ਨੋਮੀਨੇਸ਼ਨ ਭਰਾਉਣ ਦੀ, ਇਹਨਾਂ ਦੇ ਲੋਕਾਂ ਦੀਆਂ ਵੀਡੀਓ ਆਈਆਂ, ਉਹ ਫੇਕ ਜਿਹੜੇ ਹੈਗੇ ਖਾਲੀ ਡਾਕੂਮੈਂਟਸ ਚੱਕ ਕੇ ਉੱਥੇ ਖੜੇ ਹੋਏ ਆ ਭੀੜ ਕਰਨ ਦੇ ਮਾਰੇ ਕਿ ਦੂਸਰੇ ਲੋਕਾਂ ਦੇ ਜਿਹੜੇ ਨਾ ਭਰੇ ਜਾਣ ਨੋਮੀਨੇਸ਼ਨ। ਮਠਾੜੂ ਸਾਹਿਬ, ਮਠਾੜੂ ਸਾਹਿਬ ਇੱਕ ਚੀਜ਼ ਦੱਸੋ, ਮਠਾੜੂ ਸਾਹਿਬ ਤੁਸੀਂ ਸਾਰੇ ਲੋਕ ਕਹਿ ਰਹੇ ਹੋ ਸਰਕਾਰ ਸਰਕਾਰ ਸਰਕਾਰ, ਸਰ ਇਹ ਤਾਂ ਸਾਰਾ ਕੁਝ ਚੋਣ ਕਮਿਸ਼ਨ ਦੇ ਅੰਡਰ ਜਾਬਤਾ ਲੱਗਿਆ ਹੋਇਆ, ਤੁਸੀਂ ਸਰਕਾਰ ਤੇ ਸਵਾਲ ਕਿਉਂ ਪੁੱਛ ਰਹੇ ਹੋ? ਸਰ ਚੋਣ ਕਮਿਸ਼ਨ ਨੂੰ ਪੁੱਛੋ ਨਾ, ਚੋਣ ਕਮਿਸ਼ਨ ਕੋਲ ਜਾ ਵੀ ਆਏ ਤੁਸੀਂ। ਨਹੀਂ ਪਤਾ ਕੀ ਹੈ, ਇੱਕ ਤਾਂ ਹੈਗੀ ਆ ਆਮ ਆਦਮੀ ਪਾਰਟੀ ਜਿਹੜੀ ਚੋਣਾਂ ਲੜ ਰਹੀ ਹੈ, ਇੱਕ ਹੈਗੀ ਆ ਸਰਕਾਰ, ਸਰਕਾਰ ਦੇ ਅੰਡਰ ਹੀ ਤਾਂ ਚੋਣ ਕਮਿਸ਼ਨ ਕਿਹਦੇ ਅੰਡਰ ਹੈ, ਸਰਕਾਰ ਦੇ ਅੰਡਰ ਹੀ ਆ, ਸਰਕਾਰ ਨਹੀਂ ਜਿਹੜੀ ਹੈ। ਇਹ ਤਾਂ ਆਪ ਡਿਮਾਂਡ ਲੈ ਕੇ ਸੀ ਚੋਣ ਕਮਿਸ਼ਨ ਕੋਲੇ, ਇਹਨਾਂ ਨੂੰ ਨਹੀਂ ਜਾਣਾ ਚਾਹੀਦਾ ਸੀ ਫਿਰ? ਨਹੀਂ ਇਹ ਤੇ ਹਰਪਾਲ ਚੀਮਾ ਜੀ ਗਏ, ਹਰਪਾਲ ਚੀਮਾ ਜੀ ਤਾਂ ਡੀਜੀਪੀ ਸਾਹਿਬ ਕੋਲੇ ਵੀ ਗਏ ਸੀ ਉਸ ਵੇਲੇ ਲੋਟਸ ਆਪਰੇਸ਼ਨ ਵੇਲੇ, ਕਹਿੰਦੇ ਸੀ ਬੀਜੇਪੀ ਨੇ ਲੋਟਸ ਆਪਰੇਸ਼ਨ ਕਰਤਾ ਜੀ ਡੀਜੀਪੀ ਤੋਂ। ਇੱਕ ਗ੍ਰਹਿ ਮੰਤਰੀ ਕੌਣ ਹੈ, ਮਾਨਯੋਗ ਮੁੱਖ ਮੰਤਰੀ ਸਾਹਿਬ, ਉਹ ਤਾਂ ਜੋ ਮਰਜ਼ੀ ਹੁਕਮ ਕਰ ਦੇਣ, ਜਿਹਦੇ ਮਰਜ਼ੀ ਕਾਰਵਾਈ ਕਰਵਾ ਦੇਣ, ਉੱਥੇ ਮੰਗ ਲੈ ਕੇ ਜਾਣ ਦੀ, ਇਹ ਡਰਾਮੇ ਕਰਦੇ ਆ। ਹੁਣ ਵੀ ਇਹਨਾਂ ਨੇ ਡਰਾਮਾ ਕੀਤਾ, ਇਹਨਾਂ ਦੇ MLA ਦੀ ਵੀਡੀਓ ਆਈ, ਉਹਨਾਂ ਨੇ ਧਮਕਾਇਆ ਉੱਥੇ, ਕਹਿੰਦੇ ਸਾਡਾ ਸਰਪੰਚ ਬਣੂਗਾ। ਦੇਖੋ ਇੰਨੀਆਂ ਜ਼ਿਆਦਾ ਨੋਮੀਨੇਸ਼ਨਾਂ ਸੀ, ਇਹਨਾਂ ਨੇ ਆਪਣੇ ਬੰਦੇ ਦੀਆਂ ਨੋਮੀਨੇਸ਼ਨਾਂ ਅੰਦਰ ਖਾਤੇ ਭਰਾ ਲਈਆਂ, ਜਿਹੜੇ ਦੂਸਰੇ ਕੈਂਡੀਡੇਟ ਸੀ ਵਿਰੋਧੀ ਕੈਂਡੀਡੇਟ ਸੀ ਉਹਨਾਂ ਨੂੰ ਕਿਸੇ ਨੂੰ ਕੁੱਟ ਕੇ ਭਜਾ ਦਿੱਤਾ, ਗੋਲੀਆਂ ਚਲਾਈਆਂ। ਤੁਹਾਡੇ ਪੁਆਇੰਟ ਆ ਗਏ ਸਾਰੇ, ਹੁਣ ਰੋਕ ਜਾਓ ਆਪਾਂ, ਹੁਣ ਤੁਹਾਡੇ ਪੁਰਾਣੇ ਭਾਈਵਾਲ ਨੂੰ ਆਪਾਂ ਪੁੱਛ ਲਈਏ ਮਾੜਾ ਜਿਹਾ। ਧਾਲੀਵਾਲ ਸਾਹਿਬ, ਧਾਲੀਵਾਲ ਸਾਹਿਬ ਤੁਹਾਨੂੰ ਤਾਂ ਨਹੀਂ ਕੋਈ ਦਿੱਕਤ ਆਈ, ਜਾਂ ਤੁਹਾਨੂੰ ਵੀ ਆ ਰਹੀ ਹੈ, ਜਾਂ ਕਾਂਗਰਸ ਜਾਂ ਅਕਾਲੀ ਦਲ ਵਾਂਗੂ ਦਿੱਕਤ ਨਹੀਂ ਆਈ? ਦੇਖੋ KP ਜੀ, ਸਾਰੇ ਸਤਿਕਾਰਤ ਬੁਲਾਰੇ ਬੋਲ ਚੁੱਕੇ ਹੈ, ਔਰ ਮੈਂ ਦੇਖਿਆ ਕਿ ਸਾਰੇ ਜਿਹੜੀ ਪੰਜਾਬ ਦੇ ਵਿੱਚ ਹਾਹਾਕਾਰ ਮੱਚੀ ਹੋਈ ਹੈ ਉਹਦੀ ਆਪਦੇ ਆਪਦੇ ਨਜ਼ਰੀਏ ਨਾਲ ਗੱਲ ਕਰ ਰਹੇ ਹੈ, ਪਰ ਮੈਂ ਗੱਲ ਕਰੂੰਗਾ ਅੱਜ ਲੋਕਾਂ ਦੇ ਨਜ਼ਰੀਏ ਨਾਲ, ਸਾਡੀ ਪਾਰਟੀ ਦੇ ਨਜ਼ਰੀਏ ਨਾਲ ਵੀ ਮੈਂ ਗੱਲ ਕਰਨਾ ਚਾਹੁੰਦਾ। ਉਹ ਆਪਣੇ ਇੱਕ ਪੰਜਾਬ 'ਚ ਕਹਾਵਤ ਆ, ਉਹ ਕਹਿੰਦੇ ਜੇ ਜਾਂ ਘੰਡਾ ਪਿੰਡ ਉਹ ਜਾਂ ਅਗਲਾ ਪਿੰਡ। ਉਹ ਜਿਹੜੇ ਆਪਣੇ ਪਾਰਟੀ ਜਿਹੜੀ ਰਾਜ ਕਰ ਰਹੀ ਹੈ ਉਹ ਕਹਿੰਦੇ ਸਰਬਸੰਮਤੀਆਂ ਕਰਾਓ, ਮੁੱਖ ਮੰਤਰੀ ਸਾਹਿਬ ਕਹਿੰਦੇ, ਤਾਂ MLA ਸਾਹਿਬ ਸਾਹਮਣੇ ਆਉਂਦੇ ਉਹ ਕਹਿੰਦੇ ਆਹ ਹੀ ਆ ਐਸੇ ਨੂੰ ਚੁਣਨਾ, ਜੇ ਕੋਈ ਹੋਰ ਆ ਗਿਆ ਤਾਂ ਬੰਦਾ ਬਣਾ ਦਿਆਂਗੇ। ਖਬਰ ਫੈਲ ਗਈ ਸਾਰੇ ਕਿਤੇ, ਉਹ ਖਬਰ ਨੂੰ ਮਿੱਟੀ ਪਾਉਣ ਵਾਸਤੇ ਉਹ ਇੱਕ ਮਿਲ ਗਿਆ ਸਾਡੀ ਪਾਰਟੀ ਵਾਲਾ, ਉਹ ਕਹਿੰਦੇ ਜੀ ਅਖੇ ਉਹ 2 ਕਰੋੜ ਮੰਗਦਾ, ਹਾਲਾਂਕਿ 2 ਕਰੋੜ ਦੀ ਬੋਲੀ ਦੇ ਵਿੱਚ ਸਾਰਿਆਂ ਨੇ ਬੋਲੀ ਦਿੱਤੀ, ਔਰ ਅਸੀਂ ਉਹਦਾ ਕਹਿਤਾ ਕਿ ਸਾਡਾ ਪਾਰਟੀ ਨਾਲ ਕੋਈ ਸੰਬੰਧ ਨਹੀਂ, ਇਹਦੇ ਨਾਲ ਅਸੀਂ ਇਹਦੇ ਹੱਕ 'ਚ ਨਹੀਂ ਹੈਗੇ। 2 ਬੋਲੀਆਂ ਹੋਰ ਲੱਗੀਆਂ, ਇੱਕ ਗਿੱਦੜ ਬਹਿ 'ਚ ਲੱਗੀ, ਇੱਕ ਲੱਗੀ ਮੁਕਤਸਰ 'ਚ,
ਉਹ ਕੋਈ ਕਾਂਗਰਸ ਦਾ ਸੀ ਕੋਈ ਆਪ ਦਾ ਸੀ ਸਾਰੇ ਮਤਲਬ ਜਿਹੜੇ ਕੋਈ ਸਰਪੰਚੀ ਜਾਂ ਵਰਤਾਰਾ ਕਿਉਂਕਿ ਸਾਡੇ ਕੋਲ ਫਾਰਮੈਟ ਹੈ ਨੀ ਕੋਈ ਸਰਬ ਸੰਮਤੀ ਦਾ ਉਹ ਜਿਵੇਂ ਪਿੰਡਾਂ ਵਾਲੇ ਲੋਕਾਂ ਨੇ ਕੋਈ ਦੱਸਿਆ ਉਹਨਾਂ ਨੇ ਆਪਦੇ ਹਿਸਾਬ ਨਾਲ ਕਰ ਲਿਆ ਉਹ ਤੇ ਮਾਣਯੋਗ ਹਾਈ ਕੋਰਟ ਨੇ ਵੀ ਟਿੱਪਣੀ ਪਾਰਟੀ ਦਾ ਕੋਈ ਲੈਣਾ ਦੇਣਾ ਨਹੀਂ ਉਹਨਾਂ ਨਾਲ ਪਰ ਸਾਨੂੰ ਦਿਖਾ ਕੇ ਉਹ ਦੇਖੋ ਭਾਜਪਾ ਕੀ ਕਰਦੀ ਆਪਦਾ ਐਮ ਐਲ ਏ ਲਕੋੜਿਆ ਹੁਣ ਉਹ ਦੋ ਦਿਨਾਂ ਬਾਅਦ ਕੀ ਵਰਤਾਰਾ ਵਾਪਰਦਾ ਹੈ ਕਿ ਇੱਕ ਪਾਸੇ ਜਿਹੜੀ ਸਾਡੀ ਸਰਕਾਰ ਹੈ ਉਹ ਤਾਂ ਲੋਕਾਂ ਨੂੰ ਧਮਕਾ ਰਹੀ ਹੈ ਜਿਹੋ ਜਿਹਾ ਘੰਟਾ ਪਿੰਡ ਹੈ ਅਗਲਾ ਪਿੰਡ ਆਪਣੀ ਜਿਹੜੀ ਹੈ ਵਿਰੋਧੀ ਧਿਰ ਵੇਖ ਲਓ ਉਹ ਅਫਸਰਾਂ ਨੂੰ ਧਮਕਾ ਰਹੀ ਹੈ ਮਾਣਯੋਗ ਜਿਹੜੇ ਡੀਸੀ ਸਾਹਿਬ ਆ ਉਹਨਾਂ ਨੂੰ ਧਮਕਾਉਣ ਵਾਸਤੇ ਖੁਦ ਐਲ ਓ ਪੀ ਸਾਹਿਬ ਚਲੇ ਜਾਂਦੇ ਆ ਸਤਿਕਾਰਯੋਗ ਸਾਡੇ ਵਿਰੋਧੀ ਧਿਰ ਦੇ ਪ੍ਰਧਾਨ ਮੈਂ ਬੜੀ ਇੱਜ਼ਤ ਕਰਦਾ ਰਾਜਾ ਵੜਿੰਗ ਜੀ ਦੀ ਉਹ ਡੀ ਐਸ ਪੀ ਨੂੰ ਕਹਿੰਦੇ ਆ ਮੈਂ ਤੈਨੂੰ ਟੰਗ ਦਿਆਂਗਾ ਆਪਾਂ ਤਾਂ ਬਦਲਾਅ ਵਾਸਤੇ ਵੋਟਾਂ ਪਾਈਆਂ ਸੀ ਇਹਨਾਂ ਨੂੰ ਕਿ ਬਦਲ ਜੂਗਾ ਮਾਹੌਲ ਤੋਂ ਜਿਹੜਾ ਕੁਝ ਪਹਿਲਾਂ ਹੋਈ ਜਾਂਦਾ ਸੀ ਉਹੀ ਕੁਝ ਹੋਈ ਜਾਂਦਾ ਸੀ ਭਾਵੇਂ ਸਾਡੇ ਨਾਲ ਦੇ ਭਾਈਵਾਲ ਅਕਾਲੀ ਦਲ ਦੇ ਵੇਲੇ ਵੀ ਆਹ ਕੁਛ ਹੀ ਹੁੰਦਾ ਹੁੰਦਾ ਸੀ ਸਾਡੀ ਸਰਕਾਰ ਨੇ ਸਾਡੇ ਸੀ ਤਾਂ 15% ਚ ਲੜਦੇ ਹੁੰਦੇ 85-6 ਸੀ ਹੁਣ ਤਾਂ ਅਸੀਂ ਸਾਰੇ ਲੜਾਂਗੇ ਜੀ ਬਰਾਬਰ ਸਾਡੇ ਜਿੱਥੇ ਜਿੱਥੇ ਸਾਡੇ ਕਾਰਜਕਰਤਾ ਇੱਛਾ ਜਤਾ ਰਹੇ ਆ ਉਹ ਲੜ ਰਹੇ ਨੇ ਮੈਂ ਗੱਲ ਰੱਖਦਾ ਕਿ ਜਦੋਂ ਪਹਿਲਾਂ ਪੰਚਾਇਤੀ ਇਲੈਕਸ਼ਨ ਹੁੰਦਾ ਸੀ ਅਕਾਲੀ ਦਲ ਲੜਦਾ ਹੁੰਦਾ ਸੀ ਅਕਾਲੀ ਦਲ ਵਰਸਿਸ ਕਾਂਗਰਸ ਔਰ ਆਹੀ ਮਾਹੌਲ ਹੁੰਦਾ ਸੀ ਕੋਈ ਇਦੋਂ ਫਿਰ ਇਸ ਸਰਕਾਰ ਨੂੰ ਕਿਉਂ ਨਿੰਦੀ ਜਾਂਦੇ ਫਿਰ ਕੋਈ ਪੰਜਾਬ ਚ ਰਿਵਾਜ ਹੈ ਸਾਰੇ ਏਦਾਂ ਕਰਦੇ ਆ ਏਦਾਂ ਕਹੋ ਨਾ ਫਿਰ ਸਾਰੇ ਜਾਣੇ ਇਸ ਕਰਕੇ ਨਿੰਦ ਰਹੇ ਹਾਂ ਕਿ ਲੋਕਾਂ ਨੇ ਬਦਲਾਅ ਵਾਸਤੇ 92 MLA ਦਿੱਤੇ ਸੀ ਉਹਨਾਂ ਨੇ ਕਿਹਾ ਸੀ ਹੁਣ ਫੇਰ ਹੋਊਗਾ ਸਭ ਕੁਛ ਜੇ ਹਾਈ ਕੁਛ ਹੋਣਾ ਸੀ ਤਾਂ ਫਿਰ ਨਵਿਆਂ ਨੂੰ ਦੱਦ ਕੇ ਲਾਉਣਾ ਸੀ ਫਿਰ ਤਾਂ ਉਹ ਕੰਮ ਕਰੀ ਜਾਂਦੇ ਸੀ ਕਦੇ ਉਹ ਆ ਜਾਂਦਾ ਸੀ ਕਦੇ ਉਹ ਆ ਜਾਂਦਾ ਸੀ ਇਹ ਜਿਹੜਾ ਜੋ ਕੁਛ ਵਾਪਰਿਆ ਬੜਾ ਮੰਦਭਾਗਾ ਇਹ ਜਿਹੜਾ ਲੋਕਾਂ ਨੇ ਇੰਨੀ ਅਟਰ ਮੈਜੋਰਿਟੀ ਲੋਕਾਂ ਨੇ ਦਿੱਤੀ ਸੀ ਉਹ ਉਹਨਾਂ ਸਾਰਿਆਂ ਦੀਆਂ ਭਾਵਨਾਵਾਂ ਜਿਹੜੀਆਂ ਉਹ ਮਿੱਟੀ 'ਚ ਮਿਲ ਗਈਆਂ ਔਰ ਇਹ ਮੇਰੇ ਖਿਆਲ ਦੇ ਵਿੱਚ ਬਹੁਤ ਜ਼ਿਆਦਾ ਮੰਦਭਾਗਾ ਔਰ ਪੂਰਾ ਬੁਰਛਾਗਰਦੀ ਹੋ ਰਹੀ ਹੈ ਇੱਕ ਪਾਸੇ ਜਿਹੜੇ ਹੈਗੇ ਲੋਕਾਂ ਨੂੰ ਧਮਕਾਇਆ ਜਾ ਰਿਹਾ ਇੱਕ ਪਾਸੇ ਅਫਸਰਾਂ ਨੂੰ ਧਮਕਾਇਆ ਜਾ ਰਿਹਾ ਨਾ ਲੋਕਾਂ ਦਾ ਦੋਸ਼ ਹੈ ਨਾ ਅਫਸਰਾਂ ਦਾ ਦੋਸ਼ ਹੈ ਦੋਸ਼ ਹੈ ਇਹਨਾਂ ਦੋਨਾਂ ਪੋਲੀਟੀਕਲ ਪਾਰਟੀਆਂ ਦਾ ਜਿਹੜੀਆਂ ਇਹ ਵਿਰੋਧੀ ਧਿਰ ਤੇ ਸਰਕਾਰ ਆ ਕਦੇ ਇਹ ਮਿਲ ਜਾਂਦੇ ਆ ਕਦੇ ਇਹ ਹੋ ਜਾਂਦੇ ਆ ਮਤਲਬ ਇਹਨਾਂ ਨੇ ਡਰਾਮਾ ਲਾ ਰੱਖਿਆ ਚਲੋ ਕੋਈ ਸਮਝ ਨਹੀਂ ਆਉਂਦੀ ਠੀਕ ਠੀਕ ਹੈ ਮੈਂ ਇੱਕ ਹੋਰ ਛੋਟਾ ਬ੍ਰੇਕ ਲੈ ਕੇ ਵਾਪਸ ਆ ਰਿਹਾ ਮੈਂ ਤਾਂ ਅੱਜ ਤੁਹਾਨੂੰ ਪਹਿਲਾਂ ਹੀ ਕਿਹਾ ਤੁਹਾਨੂੰ ਸਾਰਿਆਂ ਨੂੰ ਸੁਣਨਾ ਮੈਂ ਵਾਪਸ ਆ ਕੇ ਹੋਰ ਸੁਣੂੰਗਾ ਤੁਸੀਂ ਵੀ ਇਹਨਾਂ ਨੂੰ ਧਿਆਨ ਨਾਲ ਸੁਣੀਓ ਕੌਣ ਕੀ ਕਹਿ ਰਿਹਾ ਉਸੇ ਹਿਸਾਬ ਨਾਲ ਹੀ ਫੈਸਲਾ ਕਰਿਓ ਕਿ ਤੁਸੀਂ ਵੋਟਾਂ ਕਿਵੇਂ ਪਾਉਣੀਆਂ ਵਾਪਸ ਆ ਰਿਹਾ ਮੁੜ ਤੋਂ ਤੁਹਾਡਾ ਸਵਾਗਤ ਅਤੇ ਵੱਡਾ ਸਵਾਲ ਅਸੀਂ ਪੁੱਛ ਰਹੇ ਹਾਂ ਪੰਚਾਇਤੀ ਚੋਣਾਂ 'ਚ ਨਾਮਜ਼ਦਗੀਆਂ ਤੱਕ ਪੋਲੀਟਿਕਸ ਨੇ ਪਿੰਡਾਂ ਅੱਗੇ ਕਿਹੜੀ ਪਿਕਚਰ ਪੇਸ਼ ਕੀਤੀ ਪਾਸੀ ਸਾਹਿਬ ਜਿਹੜੀ ਇਹ ਗੱਲ ਕਹਿ ਰਹੇ ਆ ਕਾਂਗਰਸ ਵਾਲੇ ਵੀ ਸੈਕਟਰੀ BDPO ਨਹੀਂ ਮਿਲਦੇ ਸੀਗੇ ਇਹ ਅਫਸਰ ਸ਼ਾਹੀ ਦਾ ਕਸੂਰ ਆ ਸਰ ਜਿੱਥੇ ਨਹੀਂ ਮਿਲੇ ਕਾਂਗਰਸੀ ਉੱਥੇ ਗਏ ਹੋਣੇ ਇਹਨਾਂ ਨੂੰ ਨਹੀਂ ਮਿਲੇ ਤਾਂ ਹੀ ਇਹਨਾਂ ਬਵਾਲ ਮਚਿਆ ਚਾਹੇ ਅਸੀਂ ਕੁਝ ਇਲਾਕਿਆਂ ਦੀ ਵੀ ਗੱਲ ਕਰ ਲਈਏ ਸਵਾਲਾਂ 'ਚ LOP ਸਾਹਿਬ ਦੇ 'ਤੇ ਵੀ ਖੜ੍ਹੇ ਹੋ ਰਹੇ ਆ BJP ਵਾਲੇ ਕਰਦੇ ਪਏ ਆ ਪ੍ਰੈਜ਼ੀਡੈਂਟ 'ਤੇ ਵੀ ਖੜ੍ਹੇ ਹੋ ਰਹੇ ਆ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪਾਸੀ ਸਾਹਿਬ ਇਹ ਅਫਸਰ ਸ਼ਾਹੀ ਜ਼ਿੰਮੇਵਾਰ ਹੈ ਸਰ ਜਾਂ ਇਹਦੇ ਵਿੱਚ ਸਰਕਾਰ ਦਾ ਵੀ ਰੋਲ ਹੈ ਦੇਖੋ KP ਜੀ ਪਹਿਲੀ ਗੱਲ ਤਾਂ ਇਹ ਆ ਵੀ ਆਮ ਆਦਮੀ ਪਾਰਟੀ ਇਹ ਚੋਣਾਂ ਨਹੀਂ ਲੜ ਰਹੀ ਮੈਂ ਇਹਨਾਂ ਨੂੰ ਕਲੀਅਰ ਕਰਦਾ ਕਿਉਂਕਿ ਅਸੀਂ ਕਲੀਅਰ ਕਿਹਾ ਸੀ ਪਾਰਟੀ ਸਿੰਬਲ 'ਤੇ ਕੋਈ ਚੋਣ ਨਹੀਂ ਹੈ ਔਰ ਸਾਡੀ ਪਾਰਟੀ ਦੀ ਇੱਕੋ ਸੋਚ ਸੀ ਕਿ ਤੁਸੀਂ ਜਿਹੜਾ ਹੈ ਸਰਬਸੰਮਤੀਆਂ ਕਰ ਲਓ KP ਜੀ ਮੈਂ ਬੜੇ ਮਾਣ ਨਾਲ ਇੱਕ ਗੱਲ ਕਹੂੰਗਾ ਮੇਰੇ ਆਲੇ ਦੁਆਲੇ 3 ਪਿੰਡਾਂ ਦੇ ਵਿੱਚ ਸਰਬਸੰਮਤੀਆਂ ਹੋ ਗਈਆਂ ਪਿੰਡਾਂ ਦੇ ਨਾਮ ਨੋਟ ਕਰ ਲਓ ਮਮੋਲੀ ਸ਼ਾਮਦੂ ਹਰਿਆਓ 3 ਪਿੰਡ ਰਾਮਪੁਰ ਕਲਾਂ ਚੌਥਾ ਪਿੰਡ ਸੋਰੀ ਮੈਂ 4 ਹੋ ਗਏ ਸੋ ਇਹ ਪਿੰਡਾਂ ਨੇ ਜਿਹੜੀ ਸਮਤੀ ਹੋਈ ਹੈ ਪਾਸ ਥੋੜਾ ਜਿਹਾ ਵੀ ਕਲੀਅਰ ਕਰ ਦਿਓ ਉਹ ਤੁਹਾਡੇ ਬੰਦਿਆਂ ਹੈ ਜਿਨ੍ਹਾਂ ਦੀ ਸਮਤੀ ਹੋਈ ਹੈ ਜਾਂ ਪਿੰਡਾਂ ਦੇ ਬੰਦੇ ਆ ਜਿਨ੍ਹਾਂ ਦੀ ਸਮਤੀ ਹੋਈ ਪਿੰਡਾਂ ਦੇ ਸਰ ਸਾਰੀ ਪਾਰਟੀਆਂ ਦੇ ਬੰਦੇ ਇੱਕ ਗੁਰੂ ਘਰ 'ਚ ਬੈਠੇ ਸੀ ਜਿੱਦਾਂ ਮੈਂ ਰਾਮਪੁਰ ਕਲਾਂ ਦੀ ਗੱਲ ਕਰਦਾ ਉੱਥੇ ਕੋਈ ਲੀਡਰ ਨਹੀਂ ਗਿਆ ਉਹਨਾਂ ਨੇ ਆਪਸ 'ਚ ਬੈਠ ਕੇ ਸ਼ਾਮਦੂ ਦੇ ਵਿੱਚ ਵੀ ਇਹੀ ਹੋਇਆ ਹਰਿਆਓ ਦੇ ਵਿੱਚ ਵੀ ਇਹੀ ਹੋਇਆ ਕਿ ਉਹਨਾਂ ਨੇ ਬੈਠ ਕੇ ਆਪਸ 'ਚ ਸਰਬਸੰਮਤੀ ਕਰ ਲਈ ਅਤੇ ਉਹ ਚੁਣੇ ਗਏ
ਦੂਸਰੀ ਚੀਜ਼ ਜਿਹੜੀ ਹੈ ਅਫਸਰਾਂ ਦੀ ਗੱਲ ਕਰ ਰਹੇ ਹਾਂ, ਅਫਸਰ ਲਗਾਤਾਰ ਸਾਰਾ ਦਿਨ ਬੈਠੇ ਆ, ਅੱਜ ਹਜ਼ਾਰਾਂ ਦੀ ਗਿਣਤੀ 'ਚ KP ਜੀ ਥੋੜ੍ਹੀ ਦੇਰ ਤੱਕ ਤੁਹਾਡੇ ਕੋਲ ਡਾਟਾ ਆ ਹੀ ਜਾਣਾ ਕਿ ਕਿੰਨੇ ਹਜ਼ਾਰ ਨੋਮੀਨੇਸ਼ਨ ਭਰੇ ਗਏ ਆ ਜੀ। ਅਫਸਰ ਬੈਠੇ ਹੈ ਤਾਂ ਹੀ ਹਜ਼ਾਰਾਂ ਦੀ ਗਿਣਤੀ 'ਚ ਨੋਮੀਨੇਸ਼ਨ ਭਰੇ ਗਏ ਆ। ਤੀਸਰੀ ਚੀਜ਼ ਜਿਹੜੀ ਹੈ ਕਹਿ ਰਹੇ ਸੀ ਆਜ਼ਾਦ ਉਮੀਦਵਾਰ, ਮੈਂ ਇਸ ਕਰਕੇ ਕਿਹਾ ਕਿਉਂਕਿ ਅਸੀਂ ਤਾਂ ਸਰਬਸੰਮਤੀ ਦੀ ਗੱਲ ਕੀਤੀ ਸੀ, ਪਰੰਤੂ ਕਿਉਂਕਿ ਧੜੇਬੰਦੀ ਨਾ ਰਵਾਇਤੀ ਪਾਰਟੀਆਂ ਦੀ ਖੁਰਾਕ ਹੈ, ਇਹ ਪਿੰਡਾਂ ਦੇ ਵਿੱਚ ਧੜੇਬੰਦੀਆਂ ਪੈਦਾ ਕਰਕੇ ਹੀ ਖੁਰਾਕ ਲੈਂਦੇ ਰਹੇ ਆ ਆਪਣੀ ਵੋਟਾਂ ਦੀ, ਇਹ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ। ਹੁਣ ਤੁਸੀਂ ਇੱਕ ਚੀਜ਼ ਦੇਖੋ, ਇਹਨਾਂ ਨੂੰ ਇਸ ਤੋਂ ਵੱਡੀ ਖੁੱਲੀ ਕੀ ਮਿਲੂਗੀ? ਚੋਣ ਕਮਿਸ਼ਨ ਨੇ ਇਹਨਾਂ ਨੂੰ ਕਿੱਡੀ ਖੁੱਲ੍ਹ ਦਿੱਤੀ ਹੈ ਕਿ ਸੁਖਜਿੰਦਰ ਰੰਧਾਵਾ ਜੀ ਸਰੇਆਮ DC ਦੇ ਦਫ਼ਤਰ ਬੈਠ ਕੇ ਜੋ ਨਹੀਂ ਉਹ ਕੁਛ ਬੋਲ ਕੇ ਆਏ ਹੈ, LOP ਨਾਲ ਬੈਠੇ ਸੀਗੇ। ਇਸ ਤੋਂ ਵੱਡੀ ਇਹਨਾਂ ਨੂੰ ਖੁੱਲ੍ਹੀ ਦਿਲ ਕੀ ਮਿਲੂਗੀ? ਚੌਥੀ ਚੀਜ਼ ਜਿਹੜੀ ਇਹ ਗੱਲ ਕਹਿ ਰਹੇ ਹੈ ਕਿ ਜੀ ਇਹ ਮੇਨਟੇਨ ਨਹੀਂ ਕੀਤਾ ਇਹਨਾਂ ਜੀ ਸਵੇਰ ਤੋਂ ਹਜ਼ਾਰਾਂ ਦੀ ਗਿਣਤੀ 'ਚ। ਭਾਈ ਸਾਹਿਬ, ਹਜ਼ਾਰਾਂ ਦੀ ਗਿਣਤੀ 'ਚ ਮੈਂ ਸਪਸ਼ਟ ਕਹਿ ਰਿਹਾ ਨੋਮੀਨੇਸ਼ਨ ਭਰੇ ਗਏ ਹੈ। ਇਹ ਕਾਂਗਰਸ ਔਰ ਅਕਾਲੀ ਦਲ ਰਹੀ ਹੈ ਜਿਨ੍ਹਾਂ ਨੇ ਲੋਕਤੰਤਰ ਦੀ ਹੱਤਿਆ ਕੀਤੀ ਹੈ। ਇਹਨਾਂ ਨੇ ਪਿਛਲੀਆਂ ਚੋਣਾਂ ਤੁਸੀਂ ਪੰਚਾਇਤੀਆਂ ਯਾਦ ਕਰ ਲਓ, ਇਹਦਾ ਲੁੱਟ ਕੇ ਲੈ ਜਾਂਦੇ ਹੁੰਦੇ ਸੀ, ਕਿਸੇ ਨੂੰ ਖੜਨ ਹੀ ਨਹੀਂ ਸੀ ਦਿੰਦੇ। ਤੇ ਇਸ ਵਾਰੀ ਕੀ ਹੋਇਆ ਕਿ ਲੋਕਾਂ 'ਚ ਉਤਸ਼ਾਹ ਹੈ, ਲੋਕ ਲਗਾਤਾਰ ਜਾ ਕੇ ਫਾਰਮ ਭਰ ਰਹੇ ਹੈ ਔਰ ਉਹਨਾਂ ਦਾ ਕੋਈ ਕਿਸੇ ਨਾਲ ਧੱਕਾ ਨਹੀਂ ਕੀਤਾ ਜਾ ਰਿਹਾ। ਹਾਂ, ਜਿਹੜੇ ਕਹਿ ਰਹੇ ਸੀਗੇ ਚੁੱਲ੍ਹਾ ਟੈਕਸ, ਉਹਦੀਆਂ ਪਰਚੀਆਂ ਨਹੀਂ ਮਿਲਦੀਆਂ, NOC ਦੇ ਵਿੱਚ ਸਾਨੂੰ ਦਿੱਕਤ ਆ ਰਹੀ, ਉਹ ਸਾਰੇ ਗਲਤ ਕਹਿ ਰਹੇ ਆ ਤਿੰਨੇ ਪਾਰਟੀਆਂ? ਬਿਲਕੁਲ ਗਲਤ ਕਹਿ ਰਿਹਾ ਜੀ। ਚੁੱਲ੍ਹਾ ਟੈਕਸ ਸਭ ਨੂੰ ਮਿਲਿਆ ਔਰ NOC ਜਿੱਥੇ ਨਹੀਂ ਮਿਲੀ ਸੀ ਉੱਥੇ ਇੱਕ ਹੋਰ ਪ੍ਰੋਵੀਜ਼ਨ ਸੀਗੀ, ਲੋਕਾਂ ਨੇ ਸਵੈ ਘੋਸ਼ਣਾ ਪੱਤਰ ਭਰ ਕੇ ਉਹ ਨਾਲ ਲਿਖਿਆ ਹੋਇਆ ਸੀ ਕਿ ਅਗਰ NOC ਨਹੀਂ ਹੈ ਤੁਸੀਂ ਸਵੈ ਘੋਸ਼ਣਾ ਪੱਤਰ ਭਰ ਸਕਦੇ ਹੋ। ਇਹਨਾਂ ਨੂੰ ਪਤਾ ਨਹੀਂ ਸਰ, ਮੈਂ ਹੁਣ ਦੇਖੋ ਇਹ ਦੱਸ ਸਕਦੇ ਹਾਂ ਜੀ ਕਿ ਪਤਾ ਹੈ ਜਾਂ ਜਾਣ ਬੁੱਝ ਕੇ ਨਹੀਂ ਸ਼ੋਅ ਕਰ ਰਹੇ। ਚਲੋ ਠੀਕ ਹੈ, ਮੈਂ ਆ ਰਿਹਾ ਵਾਪਸ ਆ ਰਿਹਾ। ਖੜਿਆਲ ਸਾਹਿਬ ਉਹ ਕਹਿੰਦੇ ਆਪਸ਼ਨ ਹੈਗੀ ਸੀਗੀ, ਫਿਰ ਆਪਸ਼ਨ ਅਡੋਪਟ ਕਰ ਲੈਂਦੇ ਨਾ। ਕਿਸੇ ਨੂੰ ਕਿਹਾ ਜਾਂਦਾ ਜੀ ਵੀ ਆਪਣਾ NOC ਤੁਸੀਂ ਉਹ ਫਲਾਣੇ ਅਫਸਰ ਤੋਂ ਲੈ ਕੇ ਆਓ, ਕਿਸੇ ਨੂੰ ਕਿਹਾ ਜਾਂਦਾ ਨਹੀਂ ਜੀ ਅਸ ਤਾਂ ਅੱਜ ਅਵੇਲੇਬਲ ਨਹੀਂ ਹੈਗੇ ਜੀ, ਜਾਂ ਕੋਈ ਫੋਨ ਨਹੀਂ ਚੱਕਦਾ, ਜਾਂ ਕੋਈ ਫੋਨ ਬੰਦ ਕਰ ਲੈਂਦਾ, ਜਾਂ ਕੋਈ ਬਹਾਨਾ ਮਾਰ ਦਿੰਦਾ, ਜਾਂ ਕੋਈ ਡਿਲੇ ਕਰ ਦਿੰਦਾ। ਇਹ ਚੀਜ਼ਾਂ ਹੋ ਰਹੀਆਂ ਤੇ ਇਹਦੇ ਵਾਰ ਵਾਰ ਆਪਾਂ ਇੰਸੀਡੈਂਟਸ ਦੇਖ ਰਹੇ ਹਾਂ, ਸੁਣ ਰਹੇ ਹਾਂ। ਤੇ ਮੈਂ ਆਮ ਆਦਮੀ ਪਾਰਟੀ ਨੂੰ ਇਹ ਗੱਲ ਪੁੱਛੂੰਗਾ ਕਿ ਮਾਨਸਾ ਦੇ ਵਿੱਚ ਇੱਕ ਕਤਲ ਵੀ ਹੋਇਆ ਤੇ ਉਹਨੂੰ ਜੋੜਿਆ ਜਾ ਰਿਹਾ ਪੰਚਾਇਤ ਇਲੈਕਸ਼ਨ ਦੇ ਨਾਲ। ਇਹ ਹਾਲ ਹੋ ਚੁੱਕਾ KP ਜੀ ਕਿ ਕਤਲ ਹੋ ਰਹੇ ਹੈ, ਫੈਰ ਹੋ ਰਹੇ ਹੈ। ਤੇ ਮੈਂ ਆਮ ਆਦਮੀ ਪਾਰਟੀ ਸਰਕਾਰ ਨੂੰ ਪੁੱਛੂੰਗਾ ਕਿ ਇਹ ਲਾਅ ਐਂਡ ਆਰਡਰ ਚਿੰਬੜਾਇਆ ਪਿਆ, ਬਾਰਡਰ ਸਟੇਟ ਹੈ, ਸੈਂਸਿਟਿਵ ਸਟੇਟ ਹੈ, ਸਾਡੀ ਛਵੀ ਕੀ ਬਣਦੀ ਹੈ ਪੂਰੇ ਪੰਜਾਬ ਦੀ, ਪੰਜਾਬੀਆਂ ਦੀ, ਪੰਜਾਬ? ਖੜਿਆਲ ਸਾਹਿਬ, ਤੁਹਾਡੀ ਚਿੰਤਾ ਜਾਇਜ਼ ਹੈ। ਖੜਿਆਲ ਸਾਹਿਬ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਨਾ ਵੀ ਪੰਜਾਬ ਦੀ ਇਮੇਜ ਕੀ ਬਣਦੀ ਪਈ ਹੈ, ਪਰ ਜਿਹੜਾ ਸਵਾਲ ਤੁਹਾਡੇ ਲੀਡਰਸ ਦੇ ਆ ਰਿਹਾ ਕਿ ਤੁਸੀਂ ਉਹਨੂੰ ਜਸਟੀਫਾਈ ਕਰ ਰਹੇ ਹੋ ਜੋ ਰੰਧਾਵਾ ਸਾਹਿਬ ਤੇ ਕਮੈਂਟ ਕਰ ਰਹੇ ਆ, ਮਿਸਟਰ ਧਾਲੀਵਾਲ, ਮਿਸਟਰ ਪਾਸੀ, LOP ਸਾਹਿਬ ਤੇ ਸਵਾਲ ਚੁੱਕ ਰਹੇ ਆ, ਇਹ ਰਾਜਾ ਵੜਿੰਗ ਤੇ ਸਵਾਲ ਚੁੱਕ ਰਹੇ ਆ ਤੁਹਾਡੇ ਪ੍ਰਧਾਨ ਤੇ, ਉਹਨੂੰ ਤੁਸੀਂ ਜਸਟੀਫਾਈ ਕਰ ਦਿਓ? ਖੜਿਆਲ ਸਾਹਿਬ, ਨਹੀਂ, ਇੱਕ ਪਾਸੇ ਤਾਂ KP ਜੀ ਸਾਡੇ ਤੇ ਫੈਰ ਹੋ ਰਹੇ ਹੈ, ਸਾਡੇ ਤੇ ਰੋੜੇ ਮਾਰੇ ਜਾ ਰਹੇ ਹੈ, ਸਾਡੇ ਤੇ ਰੋੜੇ ਚਲਾਏ ਜਾ ਰਹੇ ਹੈ, ਪੱਥਰ ਮਾਰੇ ਜਾ ਰਹੇ ਹੈ, ਸਾਡੇ ਲੀਡਰ ਲਹੂ ਲੁਹਾਨ ਨੇ, XMLAs, ਵਰਕਰਸ, ਹੋਰ ਆਫਿਸ ਬੇਅਰਸ, ਸਾਡੇ ਪੇਪਰ ਪੜੇ ਜਾ ਰਹੇ ਹੈ ਖੁੱਲੇਆਮ ਸ਼ਰੇਆਮ, ਸਾਨੂੰ ਕੁੱਟਿਆ ਮਾਰਿਆ ਜਾ ਰਿਹਾ ਹੈ, ਸਾਨੂੰ ਡਰਾਇਆ ਜਾ ਰਿਹਾ ਹੈ, ਸਾਨੂੰ ਆਪਣਾ ਨੋਮੀਨੇਸ਼ਨ ਪੇਪਰ ਨਹੀਂ ਫਾਈਲ ਕਰਨ ਦਿੱਤਾ ਜਾ ਰਿਹਾ, ਸਾਨੂੰ ਕੋਰਟ ਦਾ ਰੁਖ ਕਰਨਾ ਪੈ ਰਿਹਾ ਹੈ, ਦੂਜਾ ਉਦਾਹਰਣ ਕੀ ਹੋ ਸਕਦਾ ਲੋਕਤੰਤਰ ਦੇ ਕਦਮ ਦਾ? ਤੇ ਅਸੀਂ ਜੇ ਜਾਂਦੇ ਹਾਂ ਅਫਸਰਾਂ ਕੋਲੇ ਤੇ ਸਾਨੂੰ ਫੇਰ ਨਹੀਂ ਸੁਣਦੇ। 2 ਦਿਨ ਅਸੀਂ ਕੋਸ਼ਿਸ਼ ਕਰੇਗੇ ਵੀ ਸਾਨੂੰ DC ਮਿਲੇ, 2 ਦਿਨ ਜੇ LOP ਨੂੰ, MPs ਨੂੰ, MLAs ਨੂੰ ਨਹੀਂ ਮਿਲਿਆ, ਇੱਕ ਡਿਸਟ੍ਰਿਕਟ ਕਲੈਕਟਰ, ਤਾਂ ਲਾ ਲਓ ਤੁਸੀਂ ਆਮ ਬੰਦੇ ਨਾਲ ਕੀ ਹੁੰਦਾ ਹੋਊਗਾ। ਧਾਲੀਵਾਲ ਸਾਹਿਬ ਤਾਂ ਕਹਿੰਦੇ ਅਫਸਰਾਂ ਦਾ ਕਸੂਰ ਹੀ ਨਹੀਂ ਹੈਗਾ।
ਤੁਸੀਂ ਕੇਪੀ ਜੀ ਇੱਕ ਚੀਜ਼ ਭੁੱਲ ਗਏ, ਤੁਸੀਂ ਕਿਹਾ ਸੀਗਾ ਵੀ ਮੈਂ ਸੁਣੂੰਗਾ ਅੱਜ, ਸਵਾਲ ਨਹੀਂ ਕਰੂੰਗਾ। ਮੈਂ ਸੁਣਦਾ ਹੀ ਪਿਆ, ਪਰ ਨਾਲ ਮੈਨੂੰ ਦੱਸਣਾ ਵੀ ਪਊਗਾ ਨਾ। ਧਾਲੀਵਾਲ ਸਾਹਿਬ ਨੇ ਕੀ, ਧਾਲੀਵਾਲ ਸਾਹਿਬ ਨੇ ਕਿਹਾ ਮੇਰਾ ਸਵਾਲ ਨਹੀਂ ਹੈਗਾ ਇਹ, ਧਾਲੀਵਾਲ ਸਾਹਿਬ ਕਹਿ ਰਹੇ ਅਫਸਰਾਂ ਦਾ ਕਸੂਰ ਨਹੀਂ ਹੈਗਾ। ਸੁਣ ਲਿਆ ਸੀ, ਮੈਂ ਸੁਣ ਲਿਆ ਸੀ, ਉਹਦਾ ਵੀ ਜਵਾਬ ਦੇਣਾ ਅਫਸਰਾਂ ਦਾ ਕਸੂਰ ਹੈ ਕਿ ਨਹੀਂ। ਜੇ ਨਹੀਂ ਹੈਗਾ ਤਾਂ ਆਮ ਆਦਮੀ ਪਾਰਟੀ ਦੇ ਇੱਕ MLA ਨੇ, ਗੋਲਡੀ ਜੀ ਨੇ ਕਿਉਂ ਕਿਹਾ ਵੀ ਜਿਹੜੇ ਮੁਲਾਜ਼ਮ ਨੇ ਉਹਨਾਂ ਖਿਲਾਫ਼ ਮੈਂ ਕਾਰਵਾਈ ਕਰੂੰਗਾ? ਤੇ ਮੈਨੂੰ ਇਹ ਗੱਲ ਦੱਸਣ ਵੀ ਜੇ ਐਤਕੀ ਪੋਲੀਟੀਕਲ ਇੰਟਰਫੇਰੈਂਸ ਹੈ ਨਹੀਂ ਤੇ ਤੁਹਾਡਾ MLA ਇਨਵੋਲਵ ਕਿਉਂ ਹੋ ਗਿਆ, ਨੰਬਰ ਇੱਕ। ਨੰਬਰ ਦੋ, ਜਿਹਨੇ ਕਿਹਾ ਸੀ ਬੰਦੇ ਭਰਾਵਾਂਗੇ, ਜਿਹਨੇ ਸਰਪੰਚ ਡਿਕਲੇਅਰ ਕੀਤਾ ਸੀਗਾ ਮੌਲਕ ਜੀ ਨੇ, ਉਹਨਾਂ ਖਿਲਾਫ਼ ਆਮ ਆਦਮੀ ਪਾਰਟੀ ਦੀ ਸਰਕਾਰ ਕਦੋਂ ਕਾਰਵਾਈ ਕਰੂਗੀ? ਤੇ ਸਭ ਤੋਂ ਜ਼ਰੂਰੀ ਗੱਲ ਜਿਹਦੀ ਕੋਈ ਚਰਚਾ ਇਹਦੇ ਟਿੱਕਾ ਟਿੱਪਣੀ ਕਰਨੀ ਨਹੀਂ, ਇਹ ਪਾਰਟੀ ਚਾਹੇ BJP ਹੈ ਚਾਹੇ ਆਪ ਚਾਹੇ SAD ਹੈ, ਮਹਿਲਾ ਸਾਡੀਆਂ ਭੈਣਾਂ ਕੀ ਇੰਨੇ ਵੋਲਟਾਈਲ, ਇੰਨੇ ਵਾਇਲੈਂਟ ਮਾਹੌਲ ਦੇ ਵਿੱਚ ਜਿੱਥੇ ਇੰਨੇ ਇੰਸੀਡੈਂਟਸ ਹੋ ਰਹੇ ਆ, ਹਿੰਸਾ ਨੂੰ ਲੈ ਕੇ ਵਾਇਲੈਂਸ ਹੋ ਰਹੀ ਹੈ, ਖੁੱਲ੍ਹੇਆਮ ਸ਼ਰਿਆਂ ਫੈਰ ਹੋ ਰਹੇ ਆ, ਕਿ ਉਹ ਕੰਟੈਸਟ ਕਰ ਸਕਦੇ ਆ? ਇਹ ਤੁਹਾਡਾ ਪੁਆਇੰਟ, ਤੁਹਾਡਾ ਪੁਆਇੰਟ ਵੈਲਿਡ, ਤੁਹਾਡਾ ਪੁਆਇੰਟ ਵੈਲਿਡ ਹੈ। ਉੱਥੇ ਇੰਨਾ ਡਰ ਦਾ ਮਾਹੌਲ ਹੈ KP ਜੀ, ਮਹਿਲਾਵਾਂ ਤਾਂ ਕੰਟੈਸਟ ਹੀ ਨਹੀਂ ਕਰ ਸਕਦੀਆਂ। ਤੁਹਾਡਾ ਪੁਆਇੰਟ ਵੈਲਿਡ ਹੈ, ਮੈਂ ਸਵਾਲ ਲੈ ਲੂੰਗਾ, ਤੁਹਾਡਾ ਪੁਆਇੰਟ ਵੈਲਿਡ ਹੈ। ਆਹ ਦੂਜੀ ਗੱਲ, ਮੈਂ ਤੁਹਾਨੂੰ ਕਾਈਂਡਲੀ ਥੋੜਾ 10 ਸੈਕਿੰਡ ਦਿਓ। ਦੂਜੀ ਗੱਲ, ਮੇਰਾ ਸਵਾਲ ਆਮ ਆਦਮੀ ਪਾਰਟੀ ਨੂੰ ਹੈ, ਜਦੋਂ ਬੋਲੀ ਲੱਗੀ ਕੀ ਆਮ ਆਦਮੀ ਪਾਰਟੀ ਦੀ, ਦੇਖੋ ਪਬਲਿਕ ਪੋਜੀਸ਼ਨ ਹੈ ਨਾ KP ਜੀ, ਉਹਨੂੰ ਖਰੀਦਣ ਦੀ ਕੋਸ਼ਿਸ਼ ਹੋਈ ਹੈ। ਮੈਂ ਸਮਝਾ ਦਿੰਦਾ ਆਫੈਂਸ ਕਿਉਂ ਹੈ, ਖਰੀਦਣ ਦੀ ਕੋਸ਼ਿਸ਼ ਹੋਈ ਇੱਕ ਪਬਲਿਕ ਪੋਜੀਸ਼ਨ 2 ਕਰੋੜ ਰੁਪਏ ਦੀ, ਤਾਂ ਵਿਜੀਲੈਂਸ ਦੀ ਪ੍ਰੋਬ ਹੋਣੀ ਚਾਹੀਦੀ ਹੈ, ਸਾਡੀ ਮੰਗ ਹੈ, ਆਮ ਆਦਮੀ ਪਾਰਟੀ ਦੱਸ ਦੇ ਕਰਾਊਗੀ ਕਿ ਨਹੀਂ। ਦੂਜੀ ਗੱਲ, ਮੈਂ ਹੋਰ ਗੱਲ ਪੁੱਛੂਗਾ ਇੱਕ BJP ਨੂੰ, ਇਹ ਤਾਂ ਕਹਿ ਰਹੇ ਹੈ ਜੇ ਕੁਲਦੀਪ ਧਾਲੀਵਾਲ ਜੀ ਨੇ ਆਪਦੇ ਬੁਲਾਰਿਆਂ ਨੂੰ, ਆਪਦੀ ਪਾਰਟੀ ਨੂੰ ਕੰਡੈਮ ਕਰਤਾ, ਇਹਨਾਂ ਦੇ ਹੋਰ ਬੁਲਾਰੇ ਨੇ ਚੇਤਨ ਜੋਸ਼ੀ ਜੀ, ਉਹਨਾਂ ਨੇ ਤਾਂ ਔਨ ਰਿਕਾਰਡ ਇੱਕ ਨਿੱਜੀ ਚੈਨਲ ਤੇ ਕਹਿਤਾ ਸੀਗਾ ਜੀ ਵੀ ਜੇ BJP ਦਾ ਵਰਕਰ ਹੈ ਉਹ ਤਾਂ ਵਿਕਾਸ ਦੀਆਂ ਗੱਲਾਂ ਕਰ ਰਿਹਾ, ਉਹ ਤਾਂ 2 ਕਰੋੜ ਰੁਪਇਆ ਪਿੰਡ ਤੇ ਲਾਉਣਾ ਚਾਹੁੰਦਾ ਹੈ, ਇਹ ਕਹਿ ਰਹੇ ਜੀ ਸਾਡਾ ਵਰਕਰ ਹੀ ਨਹੀਂ ਹੈ। ਸੋ ਇੱਥੋਂ ਇਹ ਪਤਾ ਲੱਗਦਾ ਵੀ ਘਬਰਾਈ ਤੇ ਬੁਖਲਾਈ ਫਿਰਦੇ ਆ BJP ਵਾਲੇ, ਕਨਫਿਊਜ਼ਨ ਚ ਕੁਛ ਵੀ ਕਹਿ ਰਹੇ। ਲੇਕਿਨ ਮੇਰਾ ਸਵਾਲ ਇਹਨਾਂ ਨੂੰ, ਕੱਲ ਨੂੰ ਬੰਦਾ ਕਹੂਗਾ ਉੱਠ ਕੇ ਵੀ ਜੁਡੀਸ਼ਰੀ ਦਾ ਐਗਜ਼ਾਮ ਹੈ, UPSC ਦਾ ਐਗਜ਼ਾਮ ਹੈ, ਜਿਹੜਾ ਤਰਕ ਤੁਹਾਡੇ BJP ਦੇ ਵਰਕਰ ਨੇ ਤੇ ਤੁਹਾਡੇ ਬੁਲਾਰੇ ਦੇ ਰਹੇ ਹੈ, ਕੱਲ ਨੂੰ ਬੰਦਾ ਕਹੂਗਾ ਜੀ ਆਹ ਐਗਜ਼ਾਮ ਮੇਰਾ ਕਲੀਅਰ ਕਰਾ ਦੋ UPSC ਦਾ ਜਾਂ ਆਪਣਾ ਜੁਡੀਸ਼ਰੀ ਦਾ, ਮੈਂ 10 ਕਰੋੜ ਰੁਪਇਆ ਦਊਂਗਾ, ਤੇ ਜਦੋਂ ਮੈਂ ਅਫਸਰ ਲੱਗ ਗਿਆ ਉਦਾਹਰਣ ਦਊਗਾ ਕੋਈ ਵੀ ਅਫਸਰ ਮੈਨੂੰ ਐਗਜ਼ਾਮ ਕਲੀਅਰ ਕਰ ਲੈ ਤੇ ਮੈਂ ਵਿਕਾਸ ਲਈ ਪੈਸੇ ਲਾ ਦੂੰਗਾ 10 ਕਰੋੜ 20 ਕਰੋੜ, ਤਾਂ ਕੀ ਉਹ ਠੀਕ ਹੋ ਜਾਊਗਾ? ਚਲੋ ਠੀਕ ਹੈ, ਹੁਣ ਰੋਕ ਜਾਓ ਧਾਲੀਵਾਲ ਸਾਹਿਬ, ਉਹ ਸਵਾਲ ਇਹ ਕਰ ਰਿਹਾ ਕਿ ਪਹਿਲਾਂ ਤੁਸੀਂ ਇਹ ਕਲੀਅਰ ਕਰ ਦਿਓ ਵੀ ਉਹ ਤੁਹਾਡਾ ਵਰਕਰ ਹੈ ਅੱਜ ਦੀ ਤਰੀਕ ਵਿੱਚ ਜਾਂ ਨਹੀਂ। ਸਰ ਦੇਖੋ, ਮੈਂ ਪਹਿਲਾਂ ਵੀ ਇਹ ਗੱਲ ਰੱਖੀ ਹੈ ਕਿ ਉਹ ਭਾਜਪਾ ਦਾ ਵਰਕਰ ਹੈ ਪਰ ਉਹ ਪਾਰਟੀ ਦਾ ਏਜੰਡਾ ਨਹੀਂ ਹੈ, ਇਹ ਗੱਲ ਮੈਂ ਹਰ ਚੈਨਲ ਦੇ। ਚਲੋ ਜਿਹੜੀ ਗੱਲ ਕਹਿ ਰਹੇ ਇੱਕ ਨਾਲ ਲੱਗਦਾ ਹੀ ਸਵਾਲ ਉਹਨਾਂ ਦਾ ਹੈਗਾ, ਮੈਂ ਉਹ ਵੀ ਪੁੱਛ ਰਿਹਾ। ਧਾਲੀਵਾਲ ਸਾਹਿਬ, ਜੇ ਤੁਸੀਂ ਜਵਾਬ ਦੇਣਾ ਜ਼ਰੂਰੀ ਸਮਝਦੇ ਹੋ ਤਾਂ ਦੇ ਦਿਓ, ਨਹੀਂ ਤਾਂ ਮੇਰਾ ਸਵਾਲ ਨਹੀਂ ਹੈਗਾ ਸਰ, ਮੈਂ ਆਪਦੇ ਸਵਾਲ ਤਾਂ ਡੱਬੇ 'ਚ ਬੰਦ ਰੱਖੇ ਹੋਏ ਆ। ਧਾਲੀਵਾਲ ਸਾਹਿਬ ਉਹ ਕਹਿ ਰਹੇ ਆ, ਇੱਕ ਮਿੰਟ ਸਰ ਸਵਾਲ ਤਾਂ ਸੁਣ ਲਓ ਧਾਲੀਵਾਲ ਸਾਹਿਬ, ਮੈਂ ਤੁਹਾਡੀ ਗੱਲ ਸੁਣਨ ਵਾਸਤੇ ਬੈਠਾ ਸਰ ਅੱਜ, ਮੈਂ ਬਿਲਕੁਲ ਰੋਕਦਾ ਨਹੀਂ ਪਿਆ ਸਰ ਕਿਸੇ ਨੂੰ। ਇੱਕ ਮਿੰਟ ਸਰ ਸਵਾਲ ਤਾਂ ਸੁਣ ਲਓ, ਜੋ ਕਾਂਗਰਸ ਪੁੱਛ ਰਹੀ, ਉਹ ਕਹਿੰਦੇ ਵਿਜੀਲੈਂਸ ਦੀ ਕਾਰਵਾਈ ਹੋਣੀ ਚਾਹੀਦੀ ਹੈ। ਸਵਾਲ ਵੈਸੇ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਕੀਤਾ ਸੀਗਾ, ਉਹ ਆਮ ਆਦਮੀ ਪਾਰਟੀ ਜਵਾਬ ਦੇ ਦੇਊਗੀ। ਤੁਸੀਂ ਵੈਲਕਮ ਕਰਦੇ ਹੋ ਵੀ ਵਿਜੀਲੈਂਸ ਦੀ ਕਾਰਵਾਈ ਹੋਣੀ ਚਾਹੀਦੀ ਹੈ? ਮੈਂ ਹੁਣ ਇਹ ਗੱਲ ਮੇਰੀ ਚੰਗੀ ਤਰ੍ਹਾਂ ਨੋਟ ਕਰ ਲਿਓ ਜੀ। ਬਿਲਕੁਲ ਬੋਲੋ, ਜਿੱਥੇ ਜਿੱਥੇ ਬੋਲੀ ਲੱਗੀ ਹੈ ਸਾਰੇ ਕੈਂਡੀਡੇਟਾਂ ਨੂੰ ਵਿਜੀਲੈਂਸ ਦੀ ਜਾਂਚ ਲੈ ਕੇ ਆ, ਉਹ 9 ਦੇ 9 ਕੈਂਡੀਡੇਟਾਂ ਨੂੰ ਜਾਂ ਉਹ ਜਿਹੜੇ 12 ਦੇ 12 ਕੈਂਡੀਡੇਟ ਆ ਜਿਹੜੇ ਉਹਦੇ ਚੁਣਵਾ, 12 ਦੇ ਕੈਂਡੀਡੇਟ ਹੀ ਨਹੀਂ ਹੈਗੇ। ਤੁਸੀਂ ਵੀ ਬੋਲੀ ਦਿੱਤੀ, ਆਪ ਨੇ ਵੀ ਬੋਲੀ ਦਿੱਤੀ, ਅਕਾਲੀ ਦਲ ਨੇ ਵੀ ਦਿੱਤੀ, ਉਹ ਸਾਰੇ ਲਿਆਓ
ਪਤਾ ਲੱਗੇ ਲੋਕਾਂ ਨੂੰ ਐਵੇਂ ਭਾਜਪਾ ਭਾਜਪਾ ਤੁਹਾਡਾ ਸਵਾਲ ਵੀ ਵੈਲਿਡ ਹੈ ਧਾਲੀਵਾਲ ਸਾਹਿਬ ਤੁਹਾਡਾ ਸਵਾਲ ਵੀ ਵੈਲਿਡ ਹੈ ਤੁਹਾਡਾ ਸਵਾਲ ਵੀ ਵੈਲਿਡ ਤੁਹਾਡਾ ਸਵਾਲ ਵੀ ਵੈਲਿਡ ਹੈ ਧਾਲੀਵਾਲ ਸਾਹਿਬ 2 ਕਰੋੜ ਔਨ ਰਿਕਾਰਡ ਆਇਆ ਹੈ ਬਿਜ਼ਨਸ ਵੈਲਕਮ ਕਰਦੇ ਕਿ ਨਹੀਂ ਧਮਕਾ ਰਹੇ ਹੈ ਸਾਰੇ ਪੰਜਾਬ ਚ ਕਾਂਗਰਸ ਅਫਸਰਾਂ ਨੂੰ ਧਮਕਾ ਰਹੀ ਹੈ ਇਹ ਦਿਸੀ ਜਾਂਦਾ ਸਾਰੇ ਕਿਤੇ ਦਿਸੀ ਜਾਂਦਾ ਪੰਜਾਬ ਨੂੰ ਲੈ ਕੇ ਕੀਤਾ ਬੰਬੇ ਦੇ ਜਾਵੜੇ ਮੈਂ ਕਿਹਾ 2 ਕਰੋੜ ਕਿੱਧਰੋਂ ਆਇਆ ਇੱਕ ਮਿੰਟ ਖੜਿਆਲ ਸਾਹਿਬ ਇੱਕ ਮਿੰਟ ਉਹਨਾਂ ਨੂੰ ਬੋਲ ਲੈਂਦੋ 2 ਕਰੋੜ ਕਿੱਥੋਂ ਆਇਆ 2 ਕਰੋੜ ਚ ਜ਼ੀਰੋ ਕਿੰਨੀਆਂ ਹੁੰਦੀਆਂ ਧਾਲੀਵਾਲ ਖੜਿਆਲ ਸਾਹਿਬ ਉਹ ਇਹ ਕਹਿ ਰਹੇ ਆ ਨਾ ਵਿਜੀਲੈਂਸ ਦੀ ਸਾਰਿਆਂ ਤੇ ਕਾਰਵਾਈ ਹੋਣੀ ਚਾਹੀਦੀ ਤੇ ਹੋ ਲੈਂਦੋ ਨਾ ਤੁਸੀਂ ਵੈਲਕਮ ਕਰ ਦੋ ਧਾਲੀਵਾਲ ਸਾਹਿਬ ਦੀ ਇਸ ਬਿਆਨ ਦਾ ਸੁਣੋ ਜਦੋਂ ਇਹਦੇ ਕਾਰਵਾਈ ਹੋਊਗੀ ਬੀਜੇਪੀ ਵਰਕਰ ਤੇ ਜਿਹੜਾ ਔਨ ਰਿਕਾਰਡ ਬੋਲੀ ਲਾ ਰਿਹਾ ਹੈ ਤੇ ਮੈਨੂੰ ਲੱਗਦਾ ਸਾਰਾ ਕੁਝ ਸਪਸ਼ਟ ਹੋ ਜਾਊਗਾ ਇਹਦਾ 12 ਕੈਂਡੀਡੇਟ ਪਤਾ ਨਹੀਂ ਕਿੱਥੋਂ ਲਿਆ ਕੇ ਖੜੇ ਕਰਤੇ ਇਹ ਵੈਲਕਮ ਕਰਨ ਵਿਜੀਲੈਂਸ ਦੀ ਇਨਕੁਆਇਰੀ ਇੱਕ ਮਿੰਟ ਹਾਂ ਧਾਲੀਵਾਲ ਸਾਹਿਬ ਵੈਲਕਮ ਕਰ ਰਹੇ ਇਹ 2 ਕਰੋੜ ਆਇਆ ਕਿੱਥੋਂ ਔਨ ਰਿਕਾਰਡ ਕਿਹਾ ਹੋਣੇ ਇਹ 2 ਕਰੋੜ ਕਿੱਥੋਂ ਆਇਆ ਦੱਸੋ ਇਹ ਬੀਜੇਪੀ ਦੇ ਵਰਕਰ ਇੱਕ ਮਿੰਟ ਸੁਣ ਲਈ ਖੜਿਆਲ ਸਾਹਿਬ ਤੁਹਾਡਾ ਸਵਾਲ ਆ ਗਿਆ ਹੁਣ ਸੁਣ ਲਈਏ ਆਪਾਂ ਹਾਂ ਧਾਲੀਵਾਲ ਸਾਹਿਬ ਸਾਰਿਆਂ ਤੇ ਹੋਵੇ ਕਾਰਵਾਈ ਸਾਰਿਆਂ ਤੇ ਹੋਵੇ ਬੀਜੇਪੀ ਲੀਡਰ ਤੇ ਹੋਵੇ ਨਾ 2 ਕਰੋੜ ਕਿੱਥੋਂ ਆਇਆ ਚਲੋ ਮੈਂ ਵਾਪਸ ਆ ਰਿਹਾ ਮਠਾੜੂ ਸਾਹਿਬ ਇਸ ਸੈਗਮੈਂਟ 'ਚ ਮੈਂ ਤੁਹਾਨੂੰ ਵਕਤ ਨਹੀਂ ਦੇ ਸਕਿਆ ਮਾਫ਼ ਕਰਨਾ ਮੈਨੂੰ ਮੈਂ ਆ ਰਿਹਾ ਵਾਪਸ ਆ ਰਿਹਾ ਇੱਕ ਛੋਟਾ ਬ੍ਰੇਕ ਲੱਗੇ ਵਾਪਸ ਆ ਰਿਹਾ ਭਰੇਗੇ ਪਰਚੇ ਹੁਣ ਕਿਹੜੇ ਚਰਚੇ ਪਰ ਚਰਚੇ ਦੇ ਵਿਚਾਲੇ ਖਰਚੇ ਦੀ ਗੱਲ ਤਾਂ ਅਸੀਂ ਕਰਦੇ ਨਹੀਂ ਪਏ ਵਾਪਸ ਆ ਕੇ ਉਹ ਕਰੂੰਗਾ ਜ਼ਰੂਰ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਅਤੇ ਵੱਡਾ ਸਵਾਲ ਅਸੀਂ ਪੁੱਛ ਰਹੇ ਹਾਂ ਪੰਚਾਇਤੀ ਚੋਣਾਂ 'ਚ ਨਾਮਜ਼ਦਗੀਆਂ ਤੱਕ ਪੋਲੀਟਿਕਸ ਨੇ ਪਿੰਡਾਂ 'ਤੇ ਕਿਹੜੀ ਪਿਕਚਰ ਪੇਸ਼ ਕੀਤੀ 3 ਸੈਗਮੈਂਟ ਦੀ ਪਿਕਚਰ ਤੁਸੀਂ ਦੇਖ ਚੁੱਕੇ ਹੋ ਚੌਥੇ ਸੈਗਮੈਂਟ ਦੀ ਪਿਕਚਰ ਤੁਹਾਡੇ ਅੱਗੇ ਪੇਸ਼ ਕਰਨ ਜਾ ਰਹੇ ਹਾਂ ਮਠਾੜੂ ਸਾਹਿਬ ਪਿੰਡਾਂ 'ਚ ਪ੍ਰਚਾਰ ਹੋ ਰਿਹਾ ਬਹੁਤ ਜ਼ੋਰ ਸ਼ੋਰ ਨਾਲ ਹੋ ਰਿਹਾ ਸਰ ਪਰ ਸਰ ਉੱਥੇ ਕਿਹੜੀਆਂ ਮਹਿਫਲਾਂ ਦਾ ਸ਼ਿੰਗਾਰ ਹੋ ਰਿਹਾ ਮੈਂ ਸਵਾਲ ਇਸ ਕਰ ਰਿਹਾ ਮਠਾੜੂ ਸਾਹਿਬ ਜਿੰਨੀ ਲਿਮਿਟ ਤੈਅ ਕੀਤੀ ਗਈ ਹੈ ਚੋਣ ਕਮਿਸ਼ਨ ਵੱਲੋਂ ਖਰਚੇ ਦੀ ਅਤੇ ਅਸੀਂ ਕਈ ਜਗ੍ਹਾ ਰਿਪੋਰਟਸ ਪੜ੍ਹ ਰਹੇ ਹਾਂ ਕਿ ਉਹ 1 ਦਿਨ 'ਚ 2 ਦਿਨ 'ਚ ਜਾਂ 4 ਦਿਨਾਂ ਵਿੱਚ ਉਨੀ ਲਿਮਿਟ ਕ੍ਰੋਸ ਹੋ ਰਹੀ ਹੈ ਮਠਾੜੂ ਸਾਹਿਬ ਇਹ ਸੱਚ ਹੈ ਜਾਂ ਇਹ 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 ਰਿਪੋਰਟ ਫਰਜ਼ੀ ਹੈ ਕੇਪੀ ਜੀ ਇਹ ਬਿਲਕੁਲ ਸੱਚ ਹੈ ਕਿ ਲਿਮਟਾਂ ਲੋਟਾਂ ਕੋਈ ਪਿੰਡਾਂ ਦੇ ਵਿੱਚ ਕੋਈ ਲਿਮਟਾਂ ਨਹੀਂ ਹੈ ਸਾਰੀਆਂ ਕ੍ਰੋਸ ਹੋ ਜਾਂਦੀਆਂ ਸਾਰਾ ਕੁਝ ਚੱਲਦਾ ਹੈ ਹੁਣ ਮੈਂ ਪਾਸੀ ਸਾਹਿਬ ਦੀ ਗੱਲ ਦਾ ਜਵਾਬ ਦੇਵਾਂਗਾ ਕਹਿੰਦੇ ਕਿ ਸਾਡਾ ਕੋਈ ਲੀਡਰ ਤਾਂ ਪੰਚਾਇਤੀ ਚੋਣ ਦੇ ਵਿੱਚ ਗਿਆ ਹੀ ਨਹੀਂ ਉਹ ਭਾਈ ਤੁਹਾਡੇ ਤਾਂ ਮੁੱਖ ਮੰਤਰੀ ਸਾਹਿਬ ਆਪਣੇ ਪਿੰਡ 'ਚ ਸਰਬਸੰਮਤੀ ਕਰਾਉਂਦੇ ਫਿਰਦੇ ਆ ਇਹ ਕਹਿੰਦੇ ਅਸੀਂ ਗਏ ਨਹੀਂ ਉਹ ਕਹਿੰਦੇ ਮੇਰੇ ਕਹੇ ਤੁਸੀਂ ਸਾਰੇ ਸਰਬਸੰਮਤੀ ਕਰੋ ਖੁਦ ਮੁੱਖ ਮੰਤਰੀ ਸਾਹਿਬ ਗਏ ਆ ਇਹ ਕਹਿੰਦੇ ਸਾਡੀ ਕੋਈ ਇੰਟਰਫੇਰੈਂਸ ਨਹੀਂ ਉਹ ਭਾਈ ਜੇ ਪਿੰਡ ਨੇ ਸਰਬਸੰਮਤੀ ਕਰਨੀ ਹੈ ਤਾਂ ਆਪਣੇ ਆਪ ਕਰ ਲੈਣਗੇ ਮੁੱਖ ਮੰਤਰੀ ਨੂੰ ਆਪਣਾ ਬਲ ਪ੍ਰਯੋਗ ਕਰਨ ਦੀ ਕੀ ਜ਼ਰੂਰਤ ਆ ਹੁਣ ਜਿਹੜੀ ਗੱਲ ਕਰਦੇ ਸੀ NOC ਵਾਲੀ ਨੋ ਡਿਊਜ਼ ਵਾਲੀ ਚੁੱਲ੍ਹਾ ਟੈਕਸ ਵਾਲੀ ਇਹ ਤੇ ਇਹ ਇੱਕ ਪੱਖ ਹੈ ਕੇਪੀ ਜੀ ਦੂਸਰਾ ਪੱਖ ਨਹੀਂ ਤੁਸੀਂ ਦੇਖਿਆ ਵੋਟਰ ਸੂਚੀਆਂ ਦਾ ਇਹ ਬੜੇ ਤੇਜ਼ ਨੇ ਇਹਨਾਂ ਨੇ ਸਾਰੇ ਪਿੰਡਾਂ ਦੇ ਵਿੱਚ ਵੇਖਿਆ ਕਿ ਭਾਈ ਇੱਕ ਰਿਜ਼ਰਵੇਸ਼ਨ ਵਾਲਾ ਕਿ ਭਾਈ ਜਿਹੜੇ ਬੰਦੇ ਚੋਣਾਂ ਦੀ ਤਿਆਰੀ ਕਰ ਰਹੇ ਨੇ ਜਿੱਥੇ ਇਹਨਾਂ ਨੂੰ ਲੱਗਿਆ ਪਤਾ ਕਿ ਇਹ ਬੰਦਾ ਚੋਣਾਂ ਦੀ ਤਿਆਰੀ ਕਰ ਰਿਹਾ ਔਰ ਸਾਡੇ ਬੰਦੇ ਨੂੰ ਮਾਤ ਪਾ ਰਿਹਾ ਔਰ ਜਿੱਤੂਗਾ ਉਹਦੀਆਂ ਵੋਟਾਂ ਹੀ ਕੱਟਤੀਆਂ ਸਾਡੇ ਬੁਰਜਹਰੀ ਪਿੰਡ ਹੈ ਇੱਥੇ ਮਾਨਸਾ ਦੇ ਵਿੱਚ ਸਾਡਾ ਵਰਕਰ ਸੀਗਾ ਨਰਵੈਰ ਸਿੰਘ ਤੇ ਉਹਦੀ ਵਾਈਫ ਨੂੰ ਉਹਨੇ ਖੜਾ ਕਰਨਾ ਸੀ ਉਹ ਪਤਾ ਲੱਗਿਆ ਉਹਦੀ ਵੋਟ ਹੀ ਕੱਟ ਦਿੱਤੀ ਹਰ ਇਲੈਕਸ਼ਨ ਦੇ ਵਿੱਚ ਉਹਦੀ ਵੋਟ ਪੈਂਦੀ ਹੈ ਵੋਟ ਕੱਟਤੀ ਔਰ SDM ਸਾਹਿਬ ਨੂੰ 5 ਦਿਨ ਹੋ ਗਏ ਸੀ ਉਸ ਨੂੰ ਮਿਲਦੇ ਨੂੰ ਹਲੇ ਤੱਕ ਵੋਟ ਨਹੀਂ ਉਹਦੀ ਬਣੀ ਸੀ ਸੋ ਬੇਨਤੀ ਮੇਰੀ ਇਹ ਹੈ ਦੂਸਰੇ ਪਾਸੇ ਰਿਜ਼ਰਵੇਸ਼ਨ ਵਾਲਾ ਜਿੱਥੇ ਇਹਨਾਂ ਨੂੰ ਪਤਾ ਲੱਗਿਆ ਕਿ ਆਪਣਾ ਜਿਹੜਾ ਕੈਂਡੀਡੇਟ ਕਮਜ਼ੋਰ ਹੈ ਜਾਂ ਆਪਣਾ ਜਨਰਲ ਕੈਂਡੀਡੇਟ ਕਮਜ਼ੋਰ ਹੈ ਉੱਥੇ ਰਿਜ਼ਰਵ ਕਰ ਦਿਓ ਜਿੱਥੇ ਰਿਜ਼ਰਵ ਵਾਲਾ ਕਮਜ਼ੋਰ ਹੈ ਉੱਥੇ ਜਨਰਲ ਕਰ ਦਿਓ ਸੋ ਇਹ ਚੀਜ਼ਾਂ ਜਿਹੜੀਆਂ ਇਹਨਾਂ ਨੇ ਕੀਤੀਆਂ ਨੇ ਧਾਂਦਲੀ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਉਹ ਬੜੇ ਵੱਡੇ ਪੱਧਰ ਤੇ ਦੂਸਰੀ ਗੱਲ ਜਿਹੜੀ ਮੈਂ ਪਹਿਲਾਂ ਵੀ ਗੱਲ ਕੋਡ ਕੀਤੀ ਸੀ ਉਹ ਧਿਆਨ ਦੇ ਵਿੱਚ ਨਹੀਂ ਤੁਹਾਡੇ ਆਈ ਇਹਨਾਂ ਲੋਕਾਂ ਨੇ ਜਿਹੜੇ ਨੋਮੀਨੇਸ਼ਨਸ ਭਰੇ ਹੈਗੇ ਆਪਣੇ ਬੰਦਿਆਂ ਦੇ ਨੋਮੀਨੇਸ਼ਨ ਭਰ ਕੇ ਇਹਨਾਂ ਨੇ ਪਹਿਲੀ ਰੱਖ ਲਏ ਉਸ ਤੋਂ ਬਾਅਦ ਜਿਹੜੇ ਫੇਕ ਨੋਮੀਨੇਸ਼ਨ ਸੀ ਖਾਲੀ ਪੇਪਰ ਲੈ ਕੇ ਭੀੜ ਕਰਨ ਦੇ ਮਾਰੇ ਉੱਥੇ ਲੜਾਈ ਝਗੜਾ ਜਾਣ ਬੁੱਝ ਕੇ ਹਾਲਾਤ ਪੈਦਾ ਕੀਤੇ ਫਿਰ ਪੁਲਿਸ ਆ ਗਈ ਉਹਨਾਂ ਨੇ ਰੋਕ ਦਿੱਤਾ ਉਹਨਾਂ ਨੂੰ ਨੋਮੀਨੇਸ਼ਨ ਨਹੀਂ ਭਰ ਦਿੱਤਾ ਔਰ ਪਾੜ ਕੇ ਸਿੱਟੇ ਗਏ ਢੇਰੀਆਂ ਲੱਗੀਆਂ ਹੋਈਆਂ ਉੱਥੇ ਬਹੁਤ ਜ਼ਿਆਦਾ ਨੋਮੀਨੇਸ਼ਨ ਪਾੜੇ ਗਏ ਮੈਂ ਦੱਸ ਦਿੰਦਾ 86,000 ਦੇ ਲਗਭਗ ਸਾਰੇ ਨੋਮੀਨੇਸ਼ਨ ਭਰੇ ਗਏ ਆ ਲਗਭਗ
86,000 ਦੇ ਨੋਮੀਨੇਸ਼ਨ ਕਿੰਨੇ ਹੁੰਦੇ ਆ ਉਹਦੇ ਹਰ ਪਿੰਡ ਹਰ ਇੱਕ ਪਿੰਡ ਦੇ ਵਿੱਚ ਜਾਂ ਇੱਕ ਪੰਚਾਇਤ ਦੇ ਵਿੱਚ ਘੱਟੋ ਘੱਟ 20 ਤਾਂ ਪੰਚ ਹੁੰਦੇ ਆ ਪਾਸੀ ਸਾਹਿਬ ਤੁਸੀਂ ਕਿਹਾ ਨਾ ਹਜ਼ਾਰਾਂ ਦੀ ਗਿਣਤੀ ਵਿੱਚ ਭਰੇ ਗਏ 13,247 ਦੇ ਵਿੱਚੋਂ 86,400 ਸਮਥਿੰਗ ਜਿਹੜੇ ਨੋਮੀਨੇਸ਼ਨ ਭਰੇ ਗਏ ਆ ਔਰ ਇੱਕ ਪਿੰਡ ਦੇ ਵਿੱਚ ਘੱਟੋ ਘੱਟ ਜੇ ਪੰਚ 10 ਪੰਚ ਹੈ ਤਾਂ ਉੱਥੇ ਘੱਟੋ ਘੱਟ 20 ਨੋਮੀਨੇਸ਼ਨ ਪੰਚਾਂ ਦੇ ਆਉਂਦੇ ਆ ਤੇ 2 ਜਾਂ 3 ਤੋਂ ਨੋਮੀਨੇਸ਼ਨ ਸਰਪੰਚਾਂ ਦੇ ਆਉਂਦੇ ਸਾਰੇ ਜੋੜ ਕੇ ਤੁਸੀਂ ਦੇਖ ਲਓ ਕਿ ਕਿੰਨੇ ਬਣਦੇ ਆ ਸੋ ਤੁਸੀਂ ਸਿਰਫ 86,000 ਨੋਮੀਨੇਸ਼ਨ ਭਰੇ ਗਏ ਆ ਜਦੋਂ ਕਿ ਉੱਥੇ ਨੋਮੀਨੇਸ਼ਨ ਪੰਜਾਬ ਦੇ ਵਿੱਚ ਲਗਭਗ 2 ਲੱਖ ਤੋਂ ਉੱਪਰ ਬਣਦੇ ਸੀ ਤੁਸੀਂ ਕਹਿੰਦੇ ਨੋਮੀਨੇਸ਼ਨ ਪ੍ਰੋਪਰ ਭਰੇ ਗਏ ਆ ਜੀ ਸਾਰਿਆਂ ਦੇ ਭਰੇ ਗਏ ਆ ਸੋ ਮੇਰੀ ਬੇਨਤੀ ਆ ਪਬਲਿਕ ਨੂੰ ਗੁੰਮਰਾਹ ਨਾ ਕਰੋ ਇੱਕ ਵੱਡੀ ਗੱਲ ਹੋਰ ਕੀਤੀ ਇਹਨਾਂ ਨੇ ਮੈਂ ਲਾਸਟ ਹੈ ਇੱਕ ਵੱਡੀ ਗੱਲ ਕੇਪੀ ਜੀ ਹੋਰ ਕੀਤੀ ਇਹਨਾਂ ਨੂੰ ਪੁੱਛੋ ਕਿ ਕਿਹੜੇ ਹਲਕੇ ਦੇ ਵਿੱਚ ਕਿਹੜੇ ਬਲਾਕ ਦੇ ਵਿੱਚ ਇਹਨਾਂ ਨੇ ਅਨਾਊਂਸਮੈਂਟਾਂ ਕਰਵਾਈਆਂ ਪੁਲਿਸ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕਿ ਸਾਰੇ ਅਸਲਾ ਜਮ੍ਹਾਂ ਕਰਾਓ ਕਿਸੇ ਦਾ ਅਸਲਾ ਜਮ੍ਹਾਂ ਨਹੀਂ ਕਰਾਇਆ ਗਿਆ ਇਹ ਬੜਾ ਵੱਡਾ ਖਦਸਾ ਹੈ ਆਉਣ ਵਾਲੇ ਸਮੇਂ 'ਚ ਜਦੋਂ ਵੋਟਾਂ ਪੈਣਗੀਆਂ ਕੇਪੀ ਜੀ ਗੋਲੀਆਂ ਤਾਂ ਅੱਜ ਚੱਲੀ ਜਾਂਦੀਆਂ ਜਦੋਂ ਨੋਮੀਨੇਸ਼ਨ ਭਰੇ ਜਾਂਦੇ ਆ ਭੀੜ ਅੱਜ ਹੋਈ ਪਈ ਹੈ ਲੋਕਾਂ ਨੂੰ ਨੋਮੀਨੇਸ਼ਨ ਦੇਣ ਵਾਸਤੇ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਤਾਂ ਵੋਟਾਂ ਕਿਸ ਤਰ੍ਹਾਂ ਪਾਉਣ ਦੇਣਗੇ ਉੱਥੇ ਖੁੱਲੇ ਆ ਇਹਨਾਂ ਦਾ ਕੋਈ ਕੰਟਰੋਲ ਨਹੀਂ ਕੋਈ ਲਾਅ ਐਂਡ ਆਰਡਰ ਨਹੀਂ ਕੋਈ ਸਰਕਾਰ ਦਾ ਇਹਦੇ ਉੱਪਰ ਸਿਰਫ ਆਪਣੇ ਸਰਪੰਚ ਜਿਤਾਉਣ ਵਾਸਤੇ ਲੱਗੇ ਹੋਏ ਆ ਇਹ ਠੀਕ ਹੈ ਚਾਹੇ ਧੱਕੇ ਨਾਲ ਠੀਕ ਹੈ ਮਠਾੜੂ ਸਾਹਿਬ ਠੀਕ ਹੈ ਤੁਹਾਡਾ ਪੁਆਇੰਟ ਆ ਗਿਆ ਇੱਕ ਧਾਲੀਵਾਲ ਸਾਹਿਬ ਸ਼ਾਇਦ ਪਤਾ ਨਹੀਂ ਤੁਸੀਂ ਖਬਰ ਦੇਖੀ ਕਿ ਨਹੀਂ ਦੇਖੀ ਇੱਕ ਤੇਜਿੰਦਰ ਸਿੰਘ ਨਾਂ ਦਾ ਨੌਜਵਾਨ ਹੈ ਉਹ ਬਰਾਤ ਸਮੇਤ ਸਿਰ 'ਤੇ ਸਿਹਰਾ ਸਜਾ ਕੇ ਕਾਗਜ਼ ਦਾਖਲ ਕਰਨ ਪਹੁੰਚਿਆ ਧਾਲੀਵਾਲ ਸਾਹਿਬ ਉਹ ਇੱਕ ਚੰਗੀ ਖਬਰ ਹੈ ਚੰਗੀ ਸੂਚਨਾ ਜਾਂ ਉਹਨੂੰ ਵੀ ਅਸੀਂ ਇਸਟੈਬਲਿਸ਼ ਨਾ ਕਰੀਏ ਨਹੀਂ ਮੇਰੇ ਖਿਆਲ 'ਚ ਉਹ ਤਾਂ ਦੇਖੋ ਜਿਹੜਾ ਉਹ ਇੱਕ ਬੜੀ ਅੱਛੀ ਗੱਲ ਹੈ ਜਿਹੜਾ ਲੋਕਤੰਤਰ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਹੈ ਲੋਕ ਚਾਹੁੰਦੇ ਆ ਪਾਰਟਿਸਪੇਟ ਕਰਨਾ ਪਰ ਉਹਨੂੰ ਮਿਲਿਆ ਕੀ ਉੱਥੇ ਆ ਕੇ ਉਹ ਦੇਖੀ ਆਪਾਂ ਉਹ ਚੀਜ਼ ਜਿਹੜੀ ਦੇਖਣ ਦੀ ਜ਼ਰੂਰਤ ਹੈ ਜਿਹੜਾ ਉੱਥੇ ਉਹਨੂੰ ਉਹਨੂੰ ਉੱਥੇ ਐਪਰੀਸ਼ੀਏਟ ਹੋਣਾ ਚਾਹੀਦਾ ਸੀ ਉਹਨੂੰ ਮੂਹਰੇ ਹੋਣਾ ਚਾਹੀਦਾ ਉਹਦਾ ਕੰਮ ਪਹਿਲਾਂ ਹੋਣਾ ਚਾਹੀਦਾ ਸੀ ਉਹ ਜਾਂਦਾ ਲੋਕਾਂ 'ਚ ਹੋਰ ਵਿਸ਼ਵਾਸ ਵੱਧਦਾ ਖਬਰ ਤਾਂ ਬਣੀ ਕਿ ਸਿਹਰੇ ਲਾ ਕੇ ਆਇਆ ਲਾੜਾ ਬਣ ਕੇ ਆਇਆ ਪਰ ਉੱਥੇ ਉਹਦਾ ਜਿਹੜਾ ਮੰਜ਼ਰ ਕੀ ਹੈ ਸਰਕਾਰ ਉਹਨੂੰ ਫੈਸਿਲੀਟੇਟ ਕਿਵੇਂ ਕਰ ਰਹੀ ਹੈ ਮੈਂ ਜਿਹੜੀ ਗੱਲ ਦੁਬਾਰੇ ਰੱਖਦਾ ਸਰਕਾਰ ਲੋਕਾਂ ਨੂੰ ਧਮਕਾ ਰਹੀ ਹੈ ਆਪੋਜੀਸ਼ਨ ਅਫਸਰਾਂ ਨੂੰ ਧਮਕਾ ਰਹੀ ਹੈ ਪੰਜਾਬ ਡਰਿਆ ਹੋਇਆ ਇਸ ਜਬਰ ਸਮਤੀਆਂ ਤੇ ਡੰਡਾ ਤੰਤਰ ਦੇ ਵਿੱਚ ਪੰਜਾਬ ਡਰਿਆ ਹੋਇਆ ਠੀਕ ਹੈ ਇੱਕ ਇੱਕ ਮਹਿਲਾਵਾਂ ਵਾਲਾ ਪੁਆਇੰਟ ਕਾਂਗਰਸ ਨੇ ਚੱਕਿਆ ਸੀਗਾ ਤਾਂ ਲੱਗਦਾ ਕਿ ਉਹ ਵਾਜਿਬ ਵੈਲਿਡ ਪੁਆਇੰਟ ਆ ਉਹ ਨਹੀਂ ਮੈਂ ਤਾਂ ਦੇਖੋ ਐਤਕੀ ਰਿਜ਼ਰਵੇਸ਼ਨ ਜਿਹੜੀ ਇਹਨਾਂ ਨੇ ਕੀਤੀ ਆ ਅਸੀਂ ਤਾਂ ਸਾਰੀ ਉਹਨੂੰ ਮੁੱਢੋਂ ਨਕਾਰਿਆ ਹੋਇਆ ਉਹ ਸਾਰੀ ਇਹਨਾਂ ਨੇ ਆਪਦੀ ਮਰਜ਼ੀ ਨਾਲ ਕੀਤੀ ਆ ਕੋਈ ਇਹਦੇ ਵਿੱਚ ਨਹੀਂ ਨਹੀਂ ਇਹ ਕਹਿ ਰਹੇ ਸੀ ਮਹਿਲਾਵਾਂ ਡਰ ਦੇ ਵਿੱਚ ਵੋਟ ਕਿਵੇਂ ਸਰਪੰਚੀ ਦੀਆਂ ਇਲੈਕਸ਼ਨ ਕਿਵੇਂ ਲੜਨ ਗਈਆਂ ਮਹਿਲਾਵਾਂ ਵੋਟ ਕਿਵੇਂ ਪਾਉਣਗੀਆਂ ਉਹ ਓਵਰਆਲ ਸਿਨੈਰੀਓ ਦੀ ਗੱਲ ਕੀਤੀ ਸੀ ਕਾਂਗਰਸ ਨੇ ਧਾਲੀਵਾਲ ਸਾਹਿਬ ਕੇਪੀ ਜੀ ਮੈਂ ਤੁਹਾਡੀ ਗੱਲ ਵੱਡੀ ਕਰਦਾ ਮਹਿਲਾਵਾਂ ਦੇ ਉੱਥੋਂ ਪੇਪਰ ਖੋਹੇ ਗਏ ਧੱਕੇ ਮਾਰ ਕੇ ਕੱਢਿਆ ਗਿਆ ਬਾਹਰ ਹਾਂ ਧਾਲੀਵਾਲ ਸਾਹਿਬ ਮੈਂ ਵੀਡੀਓ ਦੇਖਿਆ ਉਹਨਾਂ ਦੀ ਰਾਖੀ ਕੌਣ ਕਰੂਗਾ ਮਹਿਲਾਵਾਂ ਦੀ ਜਦੋਂ ਕਾਂਗਰਸ ਖੁਦ ਧਮਕਾਈ ਜਾਂਦੀ ਹੈ ਅਫਸਰਾਂ ਨੂੰ ਚਲੋ ਇੱਕੋ ਸਵਾਲ ਹੈ ਨਹੀਂ ਖੜਿਆਲ ਸਾਹਿਬ ਸਵਾਲ ਖੜਿਆਲ ਸਾਹਿਬ ਤੁਹਾਡੇ ਤੇ ਸਵਾਲ ਹੈ ਖੜਿਆਲ ਸਾਹਿਬ ਸਵਾਲ ਇਹ ਹੈ ਉਹ ਕਹਿੰਦੇ ਆ ਕਹਿੰਦੇ ਸਰਕਾਰ ਹੈ ਜਿਹੜੀ ਉਹ ਲੋਕਾਂ ਨੂੰ ਡਰਾ ਰਹੀ ਹੈ ਤੇ ਆਪੋਜੀਸ਼ਨ ਜਿਹੜੀ ਉਹ ਅਫਸਰ ਸ਼ਾਹੀ ਨੂੰ ਡਰਾ ਰਹੀ ਹੈ ਖੜਿਆਲ ਸਾਹਿਬ ਤੁਹਾਡੇ ਤੇ ਸਵਾਲ ਬੀਜੇਪੀ ਨੇ ਕੀਤਾ ਦੇਖੋ ਭਾਰਤੀ ਜਨਤਾ ਪਾਰਟੀ ਤੋਂ ਪਹਿਲੀ ਗੱਲ ਤਾਂ ਇਹ ਨਹੀਂ ਕਿਹਾ ਗਿਆ ਵੀ ਜਿਹੜੀ ਗੱਲ ਕਾਂਗਰਸ ਪਾਰਟੀ ਨੇ ਕੀਤੀ ਉਹ ਸਹੀ ਹੈ ਵੀ ਮਹਿਲਾਵਾਂ ਲਈ ਬਹੁਤ ਅਨਸੇਫ ਅਨਸਿਕਿਓਰ ਮਾਹੌਲ ਹੈ ਤੇ ਉਹ ਕਿਵੇਂ ਸਰਪੰਚੀ ਦੀ ਇਲੈਕਸ਼ਨ ਲੜਨਗੀਆਂ ਦੂਜੀ ਗੱਲ ਇੱਥੋਂ ਇਹ ਪਤਾ ਲੱਗ ਜਾਂਦਾ ਹੈ ਕਿ ਇਹ ਮਹਿਲਾ ਸ਼ਕਤੀਕਰਨ ਚ ਨਹੀਂ ਮਹਿਲਾ ਵਿਰੋਧੀ ਸੋਚ ਵਾਲੀ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਮੈਂ ਇਹਨੂੰ ਇੱਕੋ ਗੱਲ ਕਹੂੰਗਾ
ਕਿ ਬੀਜੇਪੀ ਨੂੰ ਇਸ ਮੁੱਦੇ ਤੇ ਇਹ ਸਮਰਥਨ ਦੇਣਾ ਚਾਹੀਦਾ ਸੀਗਾ ਵੀ ਮਹਿਲਾਵਾਂ ਲਈ ਸੇਫ ਐਂਡ ਸਿਕਿਉਰ ਇਨਵਾਇਰਮੈਂਟ ਹੋਣਾ ਚਾਹੀਦਾ ਤੇ ਆਮ ਆਦਮੀ ਪਾਰਟੀ ਸਰਕਾਰ ਨੇ ਕੁਛ ਕਰਨਾ ਚਾਹੀਦਾ ਸੀ, ਕੋਈ ਪ੍ਰਬੰਧ ਕਰਨੇ ਚਾਹੀਦੇ ਸੀ, ਲੇਕਿਨ ਉਹ ਨਹੀਂ ਹੋਏ। ਬਹੁਤ ਵਾਇਲੈਂਟ ਮਾਹੌਲ ਹੈ। ਲੇਕਿਨ ਮੇਰਾ ਸਵਾਲ ਜੋ ਫਟਾਫਟ ਸਵਾਲ ਕਰੀਓ ਜਿਹੜਾ ਕਰਨਾ ਖੜਿਆ ਸਾਹਿਬ ਆਪਣੇ ਵਕਤ ਘੱਟ ਆ ਪਲੀਜ਼। ਪਹਿਲਾਂ ਮੈਂ ਇੱਕੋ ਗੱਲ ਆਮ ਆਦਮੀ ਪਾਰਟੀ ਬਾਰੇ ਕਹਿੰਦਾ, ਸਵਾਲ ਤੋਂ ਪਹਿਲਾਂ ਕਿ ਆਮ ਆਦਮੀ ਪਾਰਟੀ ਨਾ ਪਹਿਲਾਂ ਕੀ ਇਹਨਾਂ ਨੂੰ ਭੁਲੇਖਾ ਸੀਗਾ ਵੀ ਅਸੀਂ ਇਲੈਕਸ਼ਨ ਜਿੱਤੇ ਪਏ ਹਾਂ ਜੀ, ਤਾਂ ਇਹਨਾਂ ਨੇ ਕੀ ਕੀਤਾ 6 ਮਹੀਨੇ ਪਹਿਲਾਂ ਡਿਸੋਲਵ ਕਰਤੀ ਸੀਗੀ ਪੰਚਾਇਤੀ, ਤੇ ਉਸ ਤੋਂ ਬਾਅਦ ਸਕੇਪਬੋਰਡ ਬਣਾਇਆ ਸੀਗਾ ਬਿਊਰੋਕਰੈਟਸ ਨੂੰ। ਹਾਲਾਂਕਿ ਸਾਹਿਲ ਮਾਨ ਸਾਹਿਬ ਦੇ ਸੀਗੇ, ਪੰਚਾਇਤ ਮੰਤਰੀ ਦੇ ਵੀ ਸੀਗੇ ਜਦੋਂ 6 ਮਹੀਨੇ ਪਹਿਲਾਂ ਡਿਸੋਲਵ ਕਰਤੀ ਸੀ। ਉਸ ਤੋਂ ਬਾਅਦ ਹਾਈਕੋਰਟ ਦੀ ਫਟਕਾਰ ਲੱਗੀ, ਬਿਊਰੋਕਰੈਟਸ ਨੂੰ ਸਕੇਪਬੋਰਡ ਬਣਾਇਆ, ਫਿਰ ਲੋਕ ਸਭਾ ਇਲੈਕਸ਼ਨ ਹੁੰਦਾ ਹੈ, 13-0 ਦਾ ਨਾਰਾ ਸੀਗਾ, 3-3 ਸਿਮਟ ਗਏ। ਆਮ ਆਦਮੀ ਪਾਰਟੀ ਨੂੰ ਅਹਿਸਾਸ ਹੋਇਆ ਵੀ ਅਸੀਂ ਭੁਲੇਖਾ ਪਾਲੀ ਬੈਠੇ ਸੀਗੇ, ਸਾਡਾ ਤਾਂ ਬਣਨਾ ਕੁਛ ਨਹੀਂ, ਤਾਂ ਇਲੈਕਸ਼ਨ ਨੂੰ ਡਿਲੇ ਕਰਨ ਲੱਗ ਗਏ ਜਨਵਰੀ ਤੋਂ ਲੈ ਕੇ ਹੁਣ ਤੱਕ। ਤੁਸੀਂ ਦੇਖੋ ਸਰਪੰਚ ਸਰਪੰਚ ਦੀ ਟੈਨਿਊਰ ਜਨਵਰੀ ਵਿੱਚ ਖਤਮ ਹੋ ਗਈ, ਇੰਨੇ ਮਹੀਨੇ ਗਵਰਨਮੈਂਟ ਅਫੀਸ਼ਲਸ ਰਾਜ ਕਰਦੇ ਰਹੇ ਤਾਂ ਕਿ ਆਮ ਆਦਮੀ ਪਾਰਟੀ ਸਰਕਾਰ ਆਪਦੇ ਆਪ ਨੂੰ ਸੇਫ ਸਿਕਿਉਰ ਮਹਿਸੂਸ ਕਰਵਾ ਸਕੇ, ਤਾਂ ਡਿਲੇ ਕਰੀ ਗਈ। ਜਦੋਂ ਹਾਈਕੋਰਟ ਨੇ ਫਟਕਾਰ ਲਈ ਸੈਪਟੈਂਬਰ 19 ਨੂੰ, ਫਿਰ ਇਹਨਾਂ ਨੇ ਜਾ ਕੇ ਇਹ ਗੱਲ ਕੀਤੀ ਇਲੈਕਸ਼ਨ ਕੰਡਕਟ ਦੇ ਜਿਹੜੇ ਲਾਸਟ ਸੀ, ਬੀਜੇਪੀ ਨੇ ਗੱਲ ਦਾ ਜਵਾਬ ਦੇਵੇ, ਇਹ ਨਾਲ ਦੀ ਨਾਲ ਸਵਾਲ ਦਾ ਜਵਾਬ ਲੈ ਰਹੇ, ਉਹਨੇ ਇਹ ਭੱਜਣਗੇ। ਬੀਜੇਪੀ ਨੇ ਇੱਕ ਇੱਥੇ ਆਰੋਪ ਲਾਇਆ, 2 ਕਰੋੜ ਵਾਲਾ ਤਾਂ ਸਭ ਨੇ ਦੇਖਿਆ ਸੁਣਿਆ, ਔਨ ਰਿਕਾਰਡ ਹੈ ਵੀ ਬੀਜੇਪੀ ਦੇ ਵਰਕਰ ਨੇ ਬੋਲੀ ਲਈ। ਇਹਨਾਂ ਨੂੰ ਮੈਂ ਇੱਕ ਸਵਾਲ ਕਰੂੰਗਾ ਕਿ ਵੈਸੇ ਤਾਂ ਉੱਥੇ ਕੋਈ ਆਪਣਾ ਹੋਰ ਕਿਸੇ ਨੇ ਬੋਲੀ ਲਾਈ ਨਹੀਂ, ਜੇ ਇਹਨਾਂ ਨੇ ਕਿਹਾ ਦੂਜੀ ਪਾਰਟੀ ਨੇ, ਐਸਡੀ ਨੇ, ਆਪ ਨੇ, ਹੋਰਾਂ ਨੇ ਲਾਈ ਹੈ, ਤਾਂ ਦੱਸਣ ਵੀ ਹੋਰਾਂ ਨੇ ਕਿੰਨੇ ਕਿੰਨੇ ਲਾਈ ਹੈ ਇੱਥੇ ਔਨ ਰਿਕਾਰਡ। ਠੀਕ, ਇੱਕ ਮਿੰਟ ਪਾਸੀ ਸਾਹਿਬ, ਪਾਸੀ ਸਾਹਿਬ ਬੋਲੀ ਵਾਲਾ ਸਵਾਲ ਮੈਂ ਲੈ ਰਿਹਾ, ਇੱਕ ਮਿੰਟ ਖੜਿਆ ਸਾਹਿਬ, ਇੱਕ ਮਿੰਟ ਲੈ ਰਿਹਾ, ਇਹ ਬੋਲੀ ਵਾਲਾ ਬੋਲੀ ਇੱਕ ਮਿੰਟ ਬੋਲੀ ਵਾਲਾ ਜਿਹੜਾ ਸਵਾਲ ਵਾਰ ਵਾਰ ਆ ਰਿਹਾ ਪਾਸੀ ਸਾਹਿਬ, ਪਾਸੀ ਸਾਹਿਬ ਤੁਹਾਡੇ ਮੁਤਾਬਕ ਕਿੰਨੇ ਕਿੰਨੇ ਬੋਲੀ ਲਾਈ ਸਾਰੇ ਉੱਥੇ? ਇੱਥੇ ਇਹ ਹਰਦੌਰਵਾਲ ਕਲਾਂ ਦੀ ਘਟਨਾ ਹੈ ਜੀ, ਜਿੱਥੇ ਇਹ ਬੋਲੀ ਲੱਗੀ ਸੀ, ਉਸ 'ਚ 2 ਬੰਦਿਆਂ ਨੇ ਬੋਲੀ ਲਾਈ ਸੀ, ਇੱਕ ਦਾ ਨਾਂ ਸੀ ਜਸਵਿੰਦਰ ਸਿੰਘ ਬੇਦੀ। ਔਰ ਮੈਂ ਖੰਡਿਆਲ ਸਾਹਿਬ ਨੂੰ ਵੀ ਕਹੂੰਗਾ ਵੀ ਚੈੱਕ ਕਰਾ ਲਿਓ ਕਿਤੇ ਉਹ ਤੁਹਾਡੇ ਕਾਂਗਰਸ ਦਾ ਤਾਂ ਨਹੀਂ, ਉਹਨੇ 1 ਕਰੋੜ ਦੀ ਲਾਈ ਸੀ ਤੇ 2 ਕਰੋੜ ਦੀ ਬੋਲੀ। ਇੱਕ ਮਿੰਟ ਸੋਲੋ ਇੰਟਰਪਟ ਨਾ ਕਰੋ, ਨਹੀਂ ਨਹੀਂ ਇੱਕ ਮਿੰਟ ਪਾਸੇ ਥੋੜਾ ਕਲੀਅਰ ਕਰ ਦਿਓ, ਪਾਸੇ ਥੋੜਾ ਕਲੀਅਰ ਕਰ ਦਿਓ। ਇੱਕ ਬੰਦਾ ਇੱਕ ਬੰਦਾ ਬੀਜੇਪੀ ਨਾਲ ਜੁੜਿਆ ਹੋਇਆ ਸੀ, ਕਾਂਗਰਸ ਨਾਲ ਜੁੜਿਆ ਹੋਇਆ ਸੀ, ਤੁਸੀਂ ਇਹ ਐਲੀਗੇਸ਼ਨ ਲਾ ਰਹੇ ਹੋ? ਬਸ ਮੈਂ ਕਹਿ ਰਿਹਾ ਵੀ ਚੈੱਕ ਕਰ ਲਿਓ ਕਿਤੇ ਉਹ ਕਾਂਗਰਸ ਦਾ ਤਾਂ ਨਹੀਂ, ਕਿਉਂਕਿ ਜੋ ਚਰਚਾਵਾਂ ਚੱਲੀਆਂ। ਦੂਜੀ ਚੀਜ਼, ਆਤਮਾ ਰਾਮ ਨੇ ਫਿਰ ਦਿੱਤੀ ਹੈ 2 ਕਰੋੜ ਦੀ ਬੋਲੀ, ਹੁਣ ਉਹਨੇ ਆਪ ਮਾਈਕ ਤੇ ਆ ਕੇ, ਆਪ ਮੀਡੀਆ ਦੇ ਸਾਹਮਣੇ ਆ ਕੇ ਕਿਹਾ ਮੈਂ ਬੀਜੇਪੀ ਦਾ ਕਾਰਿਆਕਰਤਾ, ਔਰ ਉਹਦਾ ਫਿਰ ਸਨਮਾਨ ਕੀਤਾ ਬੀਜੇਪੀ ਦੇ, ਇਹਨਾਂ ਦੇ ਇੱਕ ਵੱਡੇ ਲੀਡਰ ਹੈ ਵਿਜੇ ਸੋਨੀ, ਫਿਰ ਉਹਨਾਂ ਨੇ ਉਸਨੂੰ 2 ਕਰੋੜ ਦੀ ਬੋਲੀ ਲਈ ਸਨਮਾਨਿਤ ਵੀ ਕੀਤਾ। ਔਰ ਮੈਂ ਇਸ ਚੀਜ਼ 'ਚ ਮੈਨੂੰ ਕਹਿਣ 'ਚ ਕੋਈ ਗੁਰੇਜ਼ ਨਹੀਂ, ਕੱਲ੍ਹ ਨੂੰ ਤਾਂ ਫਿਰ ਬੋਲੀ ਲੱਗੂਗੀ ਵੀ ਅਡਾਨੀ ਜੀ ਕਹਿਣਗੇ ਮੈਂ ਪ੍ਰਾਈਮ ਮਿਨਿਸਟਰ ਅੰਬਾਨੀ ਜੀ ਸਾਰੇ ਕਹਿ ਰਹੇ। ਬਸ ਸਾਹਿਬ ਇੱਕ ਡਿਮਾਂਡ ਆ ਰਹੀ ਹੈ ਕਿ ਵਿਜੀਲੈਂਸ ਇਨਕੁਆਇਰੀ ਹੋਣੀ ਚਾਹੀਦੀ ਹੈ, ਇਹਨਾਂ ਤੇ ਹੋਣੀ ਚਾਹੀਦੀ ਹੈ। ਬਿਲਕੁਲ, ਅਸੀਂ ਤਾਂ ਕਰੋਗੇ, ਅਸੀਂ ਵੀ, ਮੈਂ ਸਹਿਮਤ ਹਾਂ ਇਸ ਚੀਜ਼ 'ਚ ਦੀ ਵੀ, ਅਗਰ ਇਹਨਾਂ ਚੀਜ਼ਾਂ ਦੀ ਸੁਣੋ ਤੁਸੀਂ ਇੱਕ ਮਿੰਟ ਪਾਸਾ ਥੋੜ੍ਹਾ ਕਲੀਅਰ ਕਰ ਦਿਓ, ਵਾਇਆ ਚੋਣ ਕਮਿਸ਼ਨ ਤੁਸੀਂ ਇਹ ਡਿਮਾਂਡ ਕਰ ਰਹੇ ਹੋ ਜਾਂ ਇਹ ਸਰਕਾਰ ਖੁਦ ਫੈਸਲਾ ਲੈ ਸਕਦੀ ਹੈ? ਸਰ ਜਦੋਂ ਤੱਕ ਚੋਣ ਕਮਿਸ਼ਨ ਦੇ ਅਧਿਕਾਰ 'ਚ ਪਾਵਰ ਹੈ, ਕੋਡ ਆਫ ਕੰਡਕਟ ਲੱਗਿਆ, ਇਹਦੇ ਉੱਤੇ ਚੋਣ ਕਮਿਸ਼ਨ ਹੀ ਐਕਸ਼ਨ ਲੈ ਸਕਦਾ। ਉਹ ਡੀ ਸੀ ਸਾਹਿਬ ਦਾ ਪਰਸੋਂ ਹੀ ਜਿਹੜਾ ਹੈ ਜੀ ਆ ਵੀ ਚੁੱਕਿਆ ਕਿ ਇਹਦਾ ਆਤਮਾ ਰਾਮ ਦੇ ਖਿਲਾਫ ਐਕਸ਼ਨ ਲਿਆ ਜਾ ਰਿਹਾ, ਐਕਸ਼ਨ ਪ੍ਰੋਸੈਸ ਸਟਾਰਟ ਹੋ ਚੁੱਕਿਆ, ਇਹ ਡੀ ਸੀ ਸਾਹਿਬ ਆਰਡਰ ਕਰ ਚੁੱਕੇ ਹੈ। ਔਰ ਜਦੋਂ ਤੱਕ, ਕਿਉਂਕਿ 15 ਤਰੀਕ ਤੱਕ ਚੋਣ ਜਾਬਤਾ ਲੱਗਿਆ, ਤਾਂ ਇਲੈਕਸ਼ਨ ਕਮਿਸ਼ਨ ਹੀ, ਕਿਉਂਕਿ ਇਲੈਕਸ਼ਨ ਪ੍ਰੋਸੈਸ ਦੇ ਦੌਰਾਨ ਇਹਨਾਂ ਨੇ ਬੋਲੀ ਵਾਲਾ ਕੰਮ ਕੀਤਾ, ਪਹਿਲੀ ਚੀਜ਼। ਦੂਸਰੀ ਚੀਜ਼ ਮੈਂ ਇਹਨਾਂ ਨੂੰ ਹੋਰ ਦੱਸਦਾ, ਜਿਹੜੀ ਇਹ ਵਾਰ ਵਾਰ ਗੱਲਾਂ ਕਰ ਰਹੇ ਸੀ ਕਿ ਲੋਕਤੰਤਰ ਦਾ ਘਾਣ ਨਹੀਂ ਹੋ ਰਿਹਾ, ਇਹ ਤਾਂ 1-2% ਪਹਿਲਾਂ ਨਾਲੋਂ ਘਟਨਾਵਾਂ ਹੋਈਆਂ। ਪਹਿਲਾਂ ਤਾਂ ਜਿਹੜਾ ਇਹਨਾਂ ਦੀਆਂ ਸਰਕਾਰਾਂ ਸੀ ਨਾ, ਕਾਂਗਰਸ, ਅਕਾਲੀ, ਬੀਜੇਪੀ ਦੀਆਂ, KPG ਲੋਕਾਂ ਨੂੰ ਦਫ਼ਤਰਾਂ ਤੱਕ ਪਹੁੰਚਣ ਨਹੀਂ ਸੀ ਦਿੱਤਾ ਜਾਂਦਾ, ਤੇ ਅੱਜ ਵੀ ਲੋਕ ਇਹੀ ਬਿਆਨ ਦੇ ਰਹੇ ਆ। ਇਹ ਮੈਂ ਕਹਿ ਰਿਹਾ ਜੀ, ਅਗਰ ਪਿਛਲੀਆਂ ਸਰਕਾਰਾਂ ਸਮੇਂ ਇਦਾਂ ਦੀ ਕੋਈ 100 ਘਟਨਾ ਹੋਈ ਹੋਊਗੀ ਨਾ,
ਇੱਥੇ ਤਾਂ 1-2% ਵੀ ਨਹੀਂ ਹੈ। ਔਰ ਦੂਜੀ ਚੀਜ਼ ਹੋਰ ਦੱਸਦਾ, ਜੇ ਲੋਕ ਦਫ਼ਤਰਾਂ 'ਚ ਵੀ ਗਏ ਆ, ਕਾਗਜ਼ ਵੀ ਭਰੇ ਆ। ਤੀਜੀ ਚੀਜ਼ ਮੈਂ ਲਾਵਾਂ ਦਾ ਵੀ ਜਵਾਬ ਦੇ ਦਾਂ ਕੇਪੀ ਜੀ, ਕਿ ਇਹ ਐਕਟ ਮੁਤਾਬਕ ਰਿਜ਼ਰਵੇਸ਼ਨ ਹੋਈ ਹੈ, ਇਹ ਐਕਟ ਔਰ ਪਾਪੂਲੇਸ਼ਨ ਮੁਤਾਬਕ, ਔਰ ਜਿੱਥੇ ਰਿਜ਼ਰਵੇਸ਼ਨ ਹੈ ਲੇਡੀਜ਼ ਦੀ ਉੱਥੇ ਲੇਡੀਜ਼ ਹੀ ਖੜਨਗੀਆਂ ਭਰਾਵਾ। ਚਲੋ, ਕਾਂਗਰਸ ਤੇ ਬੀਜੇਪੀ ਵਾਲੇ, ਕਾਂਗਰਸ ਤੇ ਬੀਜੇਪੀ ਦੇ ਜਿਹੜੇ ਸਵਾਲ ਸੀ ਮੈਂ ਤੁਹਾਡੇ ਤੋਂ ਲੈ ਲਏ ਆ। ਇੱਕ ਅਕਾਲੀ ਦਲ ਦਾ ਸਵਾਲ ਬੜਾ ਇੰਪੋਰਟੈਂਟ ਆ, ਉਹ ਮੈਂ ਮਿਸ ਨਹੀਂ ਕਰਨਾ ਚਾਹੁੰਦਾ। ਅਕਾਲੀ ਦਲ ਨੇ ਸਵਾਲ ਕੀਤਾ, ਤੁਸੀਂ ਪਿੰਡਾਂ 'ਚ ਅਨਾਊਂਸਮੈਂਟ ਕੀਤੀ ਹੈ ਭਾਈ ਅਸਲਾ ਜਮ੍ਹਾਂ ਕਰਾਓ, ਉਹ ਕਹਿੰਦੇ ਜੀ ਅਸਲਾ ਨਹੀਂ ਜਮ ਅਸਲਾ ਨਹੀਂ ਜਮ੍ਹਾਂ ਹੁੰਦਾ, ਤਾਂ ਇਹ ਆਪਣੇ ਆਪ ਵਿੱਚ ਬਹੁਤ ਵੱਡਾ ਸਵਾਲ ਆ ਸਾਡੇ ਅੱਗੇ। ਬਿਲਕੁਲ, ਅਨਾਊਂਸਮੈਂਟ ਵੀ ਹੋਈ ਹੈ ਕੇਪੀ ਜੀ, ਅਸਲੇ ਵੀ ਜਮ੍ਹਾਂ ਹੋਏ ਹੈ। ਇੱਥੇ ਮੈਂ ਇੱਕ ਚੀਜ਼ ਦੱਸਾਂ, ਮੈਂ ਜੋ ਵੀ ਗੱਲ ਕੀਤੀ ਹੈ ਨਾ ਕੇਪੀ ਜੀ, ਵਿਦ ਅੰਕੜਿਆਂ ਨਾਲ ਸਪੈਸੀਫਿਕ ਕੀਤੀ ਹੈ, ਨਾਮ ਲੈ ਕੇ, ਪਿੰਡਾਂ ਦੇ ਨਾਮ ਲੈ ਕੇ। ਇੱਥੇ ਬੈਠ ਕੇ ਕਹਾਣੀਆਂ ਸੁਣਾਈਆਂ ਜਾਂਦੀਆਂ, ਜਿੱਦਾਂ ਅਕਾਲੀ ਦਲ ਕਹਾਣੀਆਂ ਸੁਣਾ ਰਿਹਾ, ਉਹ ਆਦੇ ਪਿੰਡਾਂ ਦੀ ਗੱਲ ਦੱਸ ਰਿਹਾ, ਅਕਾਲੀ ਦਲ ਵੀ ਪਿੰਡਾਂ 'ਚ ਘੁੰਮਦਾ ਨਾ। ਟੋਟਲ ਕਿੰਨਾ ਅਸਲਾ ਜਿਹੜਾ ਹੈਗਾ ਉਹ ਬਣਿਆ ਹੋਇਆ, ਤੇ ਉਹਦੇ ਤੋਂ ਅੱਜ ਤੱਕ ਕਿੰਨਾ ਅਸਲਾ ਜਮ੍ਹਾਂ ਹੋ ਗਿਆ, ਅੰਕੜਾ ਦੇ ਦਿਓ ਨਾ ਫਿਰ ਤੁਸੀਂ। ਤੇ ਮਠਾੜੂ ਸਾਹਿਬ, ਤੁਹਾਡੇ ਵੇਲੇ ਸਾਰਾ ਅਸਲਾ ਜਮ੍ਹਾਂ ਹੋਇਆ ਸੀ ਜਿੰਨਾ ਡਿਮਾਂਡ ਕੀਤਾ ਗਿਆ ਸੀਗਾ ਚੋਣ ਕਮਿਸ਼ਨ ਵੱਲੋਂ? ਬਿਲਕੁਲ ਸਾਰਾ ਅਸਲਾ ਜਮ੍ਹਾਂ ਹੁੰਦਾ ਸੀ। ਹਾਂ, ਪਾਸੇ ਬੋਲੋ, ਫਟਾਫਟ ਬੋਲੋ, ਬਸ ਪੁੱਛੋ। ਇੱਕ ਮਿੰਟ, ਅਸਲਿਆਂ ਤੇ ਰੱਖ ਲਿਓ ਡਿਬੇਟ, ਮੈਂ ਸਾਰੇ ਅੰਕੜੇ ਉਹਦੇ ਵੀ ਪੇਸ਼ ਕਰ ਦੂੰਗਾ। ਇਹੀ ਦੱਸ ਦੇਣ ਵੀ ਕਿੰਨਾ ਅਸਲਾ ਜਮ੍ਹਾਂ ਨਹੀਂ ਹੋਇਆ, ਕਿੰਨਾ ਟੋਟਲ ਹੈ, ਕਿੰਨਾ ਜਮ੍ਹਾਂ ਨਹੀਂ ਹੋਇਆ, ਇਹੀ ਦੱਸ ਦੇਣ। ਫਿਰ ਇੱਕ ਹੋਰ ਦੱਸਦਾ, ਇੱਥੇ ਬੈਠ ਕੇ ਤੁਸੀਂ ਰੋਲਾ ਪਾਉਂਦੇ ਰਹੋ, ਹੁਣ ਇੱਕ ਨਵੀਂ ਖਬਰ ਆ ਗਈ, ਨਾਮਜ਼ਦਗੀ ਭਰਨ ਆਏ, ਦੋ ਗਰੁੱਪਾਂ 'ਚ ਸਹਿਮਤੀ, ਇੱਕ 3 ਸਾਲ ਲਈ, ਦੂਜਾ 2 ਸਾਲ ਲਈ ਸਰਪੰਚ ਚੁਣਤਾ ਪਿੰਡ ਨੇ। ਪਿੰਡਾਂ 'ਚ ਤਾਂ ਇਹ ਮਾਹੌਲ ਚੱਲ ਰਿਹਾ, ਤੁਸੀਂ ਇੱਥੇ ਬੈਠ ਜੋ। ਚਲੋ, ਬਹੁਤ ਧੰਨਵਾਦ, ਮੇਰੇ ਕੋਲ ਵਕਤ ਹੁਣ ਇੰਨਾ ਹੀ ਹੈ। ਬਹੁਤ ਧੰਨਵਾਦ ਮਿਸਟਰ ਮਠਾੜੂ ਤੁਹਾਡਾ, ਮਿਸਟਰ ਖੜਿਆਲ ਤੁਹਾਡਾ, ਤਾਲੀਵਾਲ ਸਾਹਿਬ ਤੁਹਾਡਾ, ਪਾਸ ਸਾਹਿਬ ਤੁਹਾਡਾ। ਭਰੇ ਗਏ ਪਰਚੇ, ਹੁਣ ਕਿਹੜੇ ਚਰਚੇ ਅਤੇ ਕਿੰਨੇ ਹੋ ਰਹੇ ਖਰਚੇ, ਇਹਨਾਂ 'ਤੇ ਨਜ਼ਰ ਰਹੂਗੀ ਸਾਡੀ। ਬਹੁਤ ਧੰਨਵਾਦ।